ਸਵਾਗਤ ਹੈ ਪੀਟੀਸੀ ਨਿਊਜ਼ ਦੇ ਸਾਰੇ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਹਾਡਾ ਪਸੰਦੀਦਾ ਸ਼ੋਅ ਦਾ ਆਯੁਰਵੇਦਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਆ। ਇਸ ਸ਼ੋਅ ਦੇ ذریعے ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਨਿਰੋਗ ਰੱਖਿਆ ਜਾਵੇ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹ ਚੀਜ਼ਾਂ ਤੁਹਾਡੇ ਨਾਲ ਡਿਸਕਸ ਕੀਤੀਆਂ ਜਾਣ ਉਹਨਾਂ ਰੋਗਾਂ ਬਾਰੇ ਉਹਨਾਂ ਬਿਮਾਰੀਆਂ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਜਾਵੇ ਜਿਨ੍ਹਾਂ ਬਿਮਾਰੀਆਂ ਲਈ ਤੁਸੀਂ ਬਹੁਤ ਜ਼ਿਆਦਾ ਥਾਵਾਂ ਤੇ ਧੱਕੇ ਖਾ ਚੁੱਕੇ ਹੋ। ਉਹਨਾਂ ਰੋਗਾਂ ਦੇ ਲਈ ਤੁਸੀਂ ਥਾਂ-ਥਾਂ ਤੇ ਦਵਾਈਆਂ ਲੈ ਕੇ ਪਰੇਸ਼ਾਨ ਹੋ ਚੁੱਕੇ ਹੋ ਤੁਹਾਡੇ ਹੱਥ ਖੜੇ ਹੋ ਚੁੱਕੇ ਨੇ ਤਾਂ ਅੰਤ ਦੇ ਵਿੱਚ ਹਾਰ ਕੇ ਤੁਸੀਂ ਕਹਿੰਦੇ ਹੋ ਕਿ ਚਲੋ ਆਯੁਰਵੇਦਾ ਵੀ ਟੈਸਟ ਕਰ ਲੈਂਦੇ ਆ ਆਯੁਰਵੇਦਾ ਵੀ ਟੈਸਟ ਕਰ ਲੈਂਦੇ ਆ ਪਰ ਅਜੇ ਹਾਂ ਨਹੀਂ ਆਯੁਰਵੇਦਾ ਤੁਹਾਡੀ ਪਹਿਲੀ ਆਪਸ਼ਨ ਬਣ ਸਕਦੀ ਆ ਆਯੁਰਵੇਦਾ ਦੇ ਵਿੱਚ ਉਹ ਉਹ ਬਿਮਾਰੀਆਂ ਦੇ ਇਲਾਜ ਨੇ ਜਿਹੜੇ ਤੁਹਾਡੀ ਪਹੁੰਚ ਤੋਂ ਤੇ ਸੋਚ ਤੋਂ ਵੀ ਬਾਹਰ ਨੇ ਇਹ ਘੱਟੋ ਘੱਟ ਸਾਡੇ ਪਿਛਲੇ 15-20 episodes ਨੇ ਇਹ जगਜाहिर ਕਰ ਦਿੱਤਾ ਕਿਉਂਕਿ ਜਦੋਂ ਤੁਹਾਨੂੰ ਫੀਡਬੈਕ ਆਣੀਆਂ ਸ਼ੁਰੂ ਹੋ ਜਾਂਦੀਆਂ ਲੋਕਾਂ ਦੇ ਰਿਐਕਸ਼ਨ ਆਣੇ ਸ਼ੁਰੂ ਹੋ ਜਾਂਦੇ ਨੇ ਫਿਰ ਤੁਹਾਨੂੰ ਪਤਾ ਲੱਗਦਾ ਕਿ ਵਾਕਈ ਲੋਕਾਂ ਦੇ ਮਨਾਂ ਦੇ ਅੰਦਰ ਜਿਹੜੇ ਭਰਮ ਪਲੇਖੇ ਸੀਗੇ ਉਹ ਦੂਰ ਹੋ ਗਏ ਨੇ ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਦਰਸ਼ਕਾਂ ਨੂੰ ਇੱਕ ਅਪੀਲ ਜ਼ਰੂਰ ਕਰਾਂਗਾ ਕਿ ਲਗਾਤਾਰ ਜਦੋਂ ਵੀ ਇਹ ਪ੍ਰੋਗਰਾਮ ਚੱਲਦਾ ਹੈ ਜਾਂ ਇਸ ਪ੍ਰੋਗਰਾਮ ਦੇ ਜਿੰਨੇ ਵੀ ਪ੍ਰੋਮੋ ਚੱਲਦੇ ਨੇ ਉਹਦੇ ਥੱਲੇ ਕੰਟੈਕਟ ਨੰਬਰ ਦਿੱਤਾ ਹੁੰਦਾ ਉਹ ਫੋਨ ਨੰਬਰ ਤਿੰਨ ਫੋਨ ਨੰਬਰ ਨੇ ਤੁਸੀਂ ਡਾਇਰੈਕਟਲੀ ਕਾਲ ਇਸ ਪੈਨਲ ਦੇ ਨਾਲ ਕਰ ਸਕਦੇ ਹੋ ਅਕਸਰ ਮਨ ਦੇ ਵਿੱਚ ਇਹ ਭਲੇਖਾ ਹ ਅਟੈਂਡਡ ਵੀ ਚੁਕੇਗਾ ਪਰ ਉਹ ਕਾਲ ਇਹਨਾਂ ਨੂੰ ਜਾਂਦੀ ਹੈ ਜੋ ਤੁਹਾਡੀ ਪੂਰੀ ਬਿਮਾਰੀ ਸੁਣਦੇ ਨੇ ਉਸ ਤੋਂ ਬਾਅਦ ਤੁਹਾਨੂੰ ਜਾਂ ਤਾਂ ਇਲਾਜ ਲਈ ਟ੍ਰੀਟਮੈਂਟ ਲਈ ਤੁਹਾਨੂੰ ਤਰੀਕਾ ਦੱਸ ਦਿੰਦੇ ਨੇ ਜਾਂ ਫਿਰ ਸੱਦਾ ਦਿੰਦੇ ਨੇ ਤੁਸੀਂ ਹਸਪੀਟਲ ਆਓ ਇਸ ਕਰਕੇ ਕੋਈ ਵੀ ਤੁਹਾਡੇ ਜ਼ਹਿਨ ਦੇ ਵਿੱਚ ਸਵਾਲ ਹੋਵੇ ਕਿਸੇ ਵੀ ਬਿਮਾਰੀ ਬਾਰੇ ਸਵਾਲ ਹੋਵੇ ਤਾਂ ਲਗਾਤਾਰ 3 ਨੰਬਰ ਥੱਲੇ ਚੱਲ ਰਹੇ ਨੇ ਉਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਬਾਕੀ ਇਹਨਾਂ ਦੇ ਸੋਸ਼ਲ ਹੈਂਡਲ ਦੇ ਵੀ ਅਸੀਂ ਤੁਹਾਨੂੰ ਆਈਡੀ ਦੇ ਰਹੇ ਹਾਂ ਉੱਥੇ ਵੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅੱਜ ਦਾ ਮੁੱਦਾ ਬੜਾ ਖਾਸ ਆ ਅੱਜ ਦਾ ਮੁੱਦਾ ਦੱਸਣ ਤੋਂ ਪਹਿਲਾਂ ਆਪਾਂ ਵੈਲਕਮ ਕਰ ਲੈਂਦੇ ਹਾਂ ਸਾਡੇ ਮਹਿਮਾਨਾਂ ਹਨ ਲਗਾ ਜਿਹੜਾ ਪਹਿਲੇ ਦਿਨ ਤੋਂ ਹੀ ਸਾਡੇ ਨਾਲ ਜੁੜਾ ਹੈ ਬੈ ਜਗਤਾਰ ਪੰਨੂ ਸਾਹਿਬ ਬਹੁਤ-ਬਹੁਤ ਸਵਾਗਤ ਹੈ ਪੰਨੂ ਸਾਹਿਬ ਤੁਹਾਡਾ ਡਾਕਟਰ ਮਨਦੀਪ ਵਰਮਾ ਜੀ ਬਹੁਤ-ਬਹੁਤ ਸਵਾਗਤ ਹੈ ਡਾਕਟਰ ਸਾਹਿਬ ਔਰ ਡਾਕਟਰ ਦੀਕਸ਼ਾ ਜੀ ਦੀਕਸ਼ਾ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਪੰਨੂ ਸਾਹਿਬ ਸਾਡੀ ਟੀਮ ਤਾਂ ਕਹਿੰਦੀ ਕਿ ਮੈਸੇਜ ਸਿਰਫ ਥੋੜੇ ਹੀ ਆਈ ਜਾਂਦੇ ਆਈ ਜਾਂਦੇ ਆ ਇਸ ਕਰਕੇ ਮੈਂ ਸ਼ੁਰੂਆਤ ਦੇ ਵਿੱਚ ਲੋਕਾਂ ਨੂੰ ਕਹਤਾ ਗਿਆ ਨੰਬਰ ਹੈਗੇ ਆ ਇਹਨਾਂ ਤੇ ਸੰਪਰਕ ਕਰ ਲਿਆ ਜਾਵੇ ਸੋ ਅੱਜ ਦਾ ਮੁੱਦਾ ਹੈਗਾ ਦਿਮਾਗ ਦਾ ਮੁੱਦਾ ਅਕਸਰ ਅਸੀਂ ਕਹਿੰਦੇ ਆ ਕਿ ਪਰਮਾਤਮਾ ਨੇ ਜਿਵੇਂ ਇੱਕ ਕੰਪਿਊਟਰ ਹੁੰਦਾ ਇਹ ਇੱਕ ਮ ਜਿਵੇਂ ਕੰਪਿਊਟਰ ਦੇ ਵਿੱਚ CPU ਅਸੀਂ ਕਹਿੰਦੇ ਆ ਕਿ ਸਭ ਕੁਝ ਹੈਗਾ ਉਦਾਂ ਹੀ ਇੱਕ ਮਨੁੱਖ ਦੇ ਵਿੱਚ ਦਿਮਾਗ ਨੂੰ ਅਸੀਂ ਕਹਿੰਦੇ ਆ ਕਿ ਇਹ ਇਨਸਾਨ ਦਾ CPU ਹੈ ਜਿੱਥੋਂ ਸਾਰੀ ਕਮਾਂਡ ਜਾਣੀ ਹੈ ਤੁਹਾਡੇ ਸਰੀਰ ਨੂੰ ਤੁਹਾਡਾ ਤੁਸੀਂ ਜਦੋਂ ਕਦੇ ਇੱਕ ਚਾਹ ਦਾ ਕੱਪ ਆਏ ਪਾਣੀ ਦਾ ਗਲਾਸ ਵੀ ਚੁੱਕਦੇ ਹੋ ਤਾਂ ਤੁਹਾਨੂੰ ਲੱਗਦਾ ਕਿ ਸ਼ਾਇਦ ਇਹ ਮੇਰੇ ਹੱਥ ਦੀ ਕਰਾਮਾਤ ਹੈ ਨਹੀਂ ਇਹ ਤੁਹਾਡੇ ਦਿਮਾਗ ਦੀ ਕਰਾਮਾਤ ਹੈ ਦਿਮਾਗ ਇਨਸਟਰਕਸ਼ਨ ਦਿੰਦਾ ਹੈ ਕਿ ਹਾਂ ਇਹ ਪਾਣੀ ਦਾ ਗਲਾਸ ਚੁੱਕਣਾ ਤਾਂ ਤੁਸੀਂ ਚੁੱਕ ਸਕਦੇ ਹੋ ਯਕੀਨ ਮੰਨੋ ਜੇ ਤੁਹਾਡੇ ਦਿਮਾਗ ਦੀ ਨਸ ਦੇ ਵਿੱਚ ਇੱਕ ਨਸ ਵੀ ਦਬ ਜੇ ਜਿਹੜੀ ਇਨਸਟਰਕਸ਼ਨ ਦਿੰਦੀ ਹੈ ਤਾਂ ਤੁਸੀਂ ਜਿੰਨੇ ਮਰਜ਼ੀ ਬਲਸ਼ਾਲੀ ਹੋਵੋ ਤਾਕਤ ਤੁਹਾਡੇ ਚ ਜਿੰਨੀ ਮਰਜ਼ੀ ਹੋਵੇ 100 ਗ੍ਰਾਮ ਪਾਣੀ ਵੀ ਤੁਸੀਂ ਨਹੀਂ ਚੁੱਕ ਸਕਦੇ ਇੰਨੀ ਦਿਮਾਗ ਦੀ ਮਹੱਤਤਾ ਹੈਗੀ ਆ ਅੱਜ ਅਸੀਂ ਦਿਮਾਗ ਦੇ ਮੁੱਦੇ ਤੇ ਗੱਲ ਕਰਾਂਗੇ ਸ਼ੁਰੂਆਤ ਵੈੱਟਸਾਪ ਤੋਂ ਹੀ ਕਰ ਲੈਣੇ ਵੈੱਟਸਾਪ ਆਯੁਰਵੇਦਾ ਦੇ ਵਿੱਚ ਕਿਉਂਕਿ ਮੈਂ ਨਿਊਰੋ ਦੀ ਗੱਲ ਕਰਦਾ ਤਾਂ ਸੀ ਦੇਖਿਆ ਕਿ ਨਿਊਰੋ ਤੋਂ ਕਿੰਨੇ ਲੋਕੀ ਪਰੇਸ਼ਾਨ ਹੁੰਦੇ ਨੇ ਉਹ ਉਸ ਤਰੀਕੇ ਨਾਲ ਆਮ ਇਨਸਾਨਾਂ ਵਰਗੀ ਜ਼ਿੰਦਗੀ ਹੀ ਨਹੀਂ ਜੀ ਸਕਦੇ ਉਹਨਾਂ ਨੂੰ ਲੱਗਦਾ ਕਿ ਨੀਰਸ ਹੋ ਗਈ ਹੈ ਸਾਡੀ ਜ਼ਿੰਦਗੀ ਤੁਹਾਡੇ ਕੋਲ ਕਿੱਦਾਂ ਦੇ ਪੇਸ਼ੈਂਟ ਆਉਂਦੇ ਨੇ ਦਿਮਾਗ ਦੇ ਨੂੰ ਲੈ ਕੇ ਜਾਂ ਕਿੱਦਾਂ ਦਾ ਟਰੀਟਮੈਂਟ ਰਹਿੰਦਾ ਕਿ ਇਲਾਜ ਜਿਹੜਾ ਤੁਸੀਂ ਕਰਦੇ ਹੋ ਉਹ ਸਟੀਕ ਤੇ ਸਫਲ ਹੁੰਦਾ ਹਾਂਜੀ ਸਾਡਾ ਜਿਹੜਾ ਦਿਮਾਗ ਦਾ ਇਲਾਜ ਆ ਬਹੁਤ ਹੀ ਸਫਲ ਆ ਜੀ ਹੂੰ ਉਹ ਤੇ ਜਿਹੜਾ ਜਿਹੜਾ ਦਿਮਾਗ ਆ ਇਹ ਆਪਣੇ ਸਰੀਰ ਸਾਰੇ ਸਰੀਰ ਦਾ ਮਾਸਟਰ ਹੈ ਜੀ ਇਹ ਜੋ ਵੀ ਕਿਸੇ ਕੋਈ ਕੋਈ ਵੀ ਕੰਮ ਕਰਨਾ ਹੈ ਮਤਲਬ ਖਾਣਾ ਵੀ ਖਾਣਾ ਹੈ ਉਹ ਵੀ ਜਿਹੜਾ ਮੈਸੇਜ ਆ ਉਹ ਦਿਮਾਗ ਨੇ ਭੇਜਣਾ ਜੀ ਜੇ ਹੱਥੇ ਵਿੱਚ ਚੱਕਣਾ ਇਹ ਦਿਮਾਗ ਕਮਾਂਡ ਉਤਰਵਾ ਜੀ ਇਹ ਦਿਮਾਗ ਤੇ ਤਾਂ ਇੰਨੇ ਜ਼ਾਰੇ ਸਾਰੇ ਸਰੀਰ ਦੇ ਵਿੱਚ ਸਭ ਤੋਂ ਪਹਿਤ ਦਿਮਾਗ ਦੇ ਫੰਕਸ਼ਨ ਨੇ ਜੀ ਤੇ ਨਾਲੇ ਸਾਰਾ ਕੁਝ ਚੇਂਜ ਹੋ ਸਕਦਾ ਦਿਮਾਗ ਨਹੀਂ ਚੇਂਜ ਹੋ ਸਕਦਾ ਜੀ ਵੈਸੇ ਸੁਖਮ ਚੀਜ਼ਾਂ ਦਿਮਾਗ ਦੇ ਨਾਲ ਜੁੜੀਆਂ ਹੁੰਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਜੁੜੀਆਂ ਹੁੰਦੀਆਂ ਦਿਮਾਗ ਨੂੰ ਲੈ ਕੇ ਬਹੁਤ ਲੋਕੀ ਸੁਚੇਤ ਵੀ ਨਹੀਂ ਹੁੰਦੇ ਪਰ ਇੱਕ ਡਰ ਜ਼ਰੂਰ ਰਹਿੰਦਾ ਦਿਮਾਗ ਨੂੰ ਲੈ ਕੇ ਕਿ ਜੇ ਇੱਕ ਵੀ ਦਵਾਈ ਗਲਤ ਖਾ ਲਈ ਜਾਂ ਕੁਝ ਰਿਐਕਟ ਕਰ ਗਿਆ ਤਾਂ ਉਹ ਕੰਮ ਬਹੁਤ ਜ਼ਿਆਦਾ ਵਿਗੜ ਸਕਦਾ ਜਾਂ ਖਰਾਬ ਹੋ ਸਕਦਾ ਸੋ ਬਹੁਤ ਲੋਕੀ ਡਰ ਡਰ ਕੇ ਦਿਮਾਗ ਸੰਬੰਧੀ ਟ੍ਰੀਟਮੈਂਟ ਕਰਾਉਂਦੇ ਨੇ ਦਵਾਈਆਂ ਲੈਂਦੇ ਨੇ ਥੋੜੀ ਜਿਹੜੀ ਆਯੁਰਵੇਦਾ ਦੀ ਦਵਾਈ ਹੈਗੀ ਹੈ ਕਿ ਇਹ ਸੁਰੱਖਿਤ ਹੈਗੀ ਇਹ ਦਿਮਾਗ ਦੇ ਲਈ ਡਰ ਵੀ ਇੱਕ ਬਿਮਾਰੀ ਹੈ ਜੀ ਜਿਵੇਂ ਬਹਿਮ ਵੀ ਇੱਕ ਬਿਮਾਰੀ ਹੈ ਜੀ ਅਸੀਂ ਬਹਿਮ ਦਾ ਵੀ ਇਲਾਜ ਕਰਦੇ ਆਂ ਗੱਲ ਇਹ ਹੈ ਵੀ ਸਭ ਤੋਂ ਪਹਿਲਾਂ ਤਾਂ ਡਾਇਗਨੋਸ ਕਰਨਾ ਪਊਗਾ ਵੀ ਇਹਨੂੰ ਪ੍ਰੋਬਲਮ ਕੀ ਹੈ ਜੀ ਹੂੰ ਕਿਸ ਦਿਮਾਗ ਦੀ ਕਿਹੜੀ ਬਿਮਾਰੀ ਆ ਜਿਵੇਂ ਹੁਣ ਦਿਮਾਗ ਜੋ ਆਪਣੇ 12 ਨਾੜੀਆਂ ਨਿਕਲਦੀਆਂ ਨੇ ਜੀ ਜੀ ਠੀਕ ਹੈ ਜੀ ਕਿਹੜੀ ਆ ਨਹੀਂ 19 ਸਾਂ ਨਿਕਲੀ ਭਈ ਉਹਨਾਂ ਨਸਾਂ ਦੀ ਕਿਸ ਚੀਜ਼ ਦੀ ਪ੍ਰੋਬਲਮ ਆ ਜੀ ਇਹ ਹਾਂ ਡਿਪਰੈਸ਼ਨ ਆ ਮਾਈਗਰੇਨ ਆ ਕੋਈ ਹੋਰ ਬਹੁਤ ਜ਼ਿਆਦੇ ਬਿਮਾਰੀਆਂ ਡਾਕਟਰ ਸਾਹਿਬ ਤੁਹਾਨੂੰ ਦੱਸਣਗੇ ਡਿਟੇਲ ਵਿੱਚ ਜੀ ਸਭ ਤੋਂ ਪਹਿਲਾਂ ਤਾਂ ਡਾਇਗਨੋਸ ਕਰਨਾ ਬਹੁਤ ਜ਼ਰੂਰੀ ਹੈ ਜੀ ਇਹ ਉਸ ਤੋਂ ਬਾਅਦ ਹੀ ਟ੍ਰੀਟਮੈਂਟ ਸ਼ੁਰੂ ਉਸ ਤੋਂ ਬਾਅਦ ਟ੍ਰੀਟਮੈਂਟ ਜਿਹੜਾ ਸਾਡਾ ਟ੍ਰੀਟਮੈਂਟ ਹੈ ਜੀ ਬਹੁਤ ਹੀ ਜ਼ਿਆਦਾ ਸਫਲ ਹੈ ਜੀ ਜੋ ਗੱਲ ਇਹ ਹੈ ਵੀ ਤੁਸੀਂ ਦਿਮਾਗ ਨਾਲ ਜੁੜੀ ਹੋਈ ਹਰ ਬਿਮਾਰੀ ਹਰ ਬਿਮਾਰੀ ਵੀ ਵੱਖਰੀ ਵੱਖਰੀ ਹੈ ਟ੍ਰੀਟਮੈਂਟ ਵੀ ਉਹਦਾ ਵੱਖਰਾ ਵੱਖਰਾ ਹੈ ਨਹੀਂ ਤਾਂ ਮੈਂ ਉਹ ਸਵਾਲ ਦੁਹਰਾਣਾ ਲੋਕਾਂ ਨੂੰ ਲੱਗਦਾ ਕਿ ਦਿਮਾਗ ਦੀ ਕੋਈ ਬਿਮਾਰੀ ਹੈ ਇੱਕੋ ਇਹਨਾਂ ਕੋਲ ਦਵਾਈ ਹੈ ਉਹੀ ਉਹ ਦਵਾਈ ਦੇਈ ਜਾਂਦੇ ਨਹੀਂ ਇੱਕ ਨਹੀਂ ਹੈਗੇ ਜੀ ਅਲੱਗ-ਅਲੱਗ ਨੇ ਜੀ ਪਰ ਫਿਰ ਵੀ ਉਹ ਕੁਝ ਇੱਕ ਕਾਮਨ ਨੇ ਜੀ ਕੁਝ ਲੱਗ ਵੀ ਹੈਗੀਆਂ ਨੇ ਜੀ ਇਹ ਨਹੀਂ ਹੈ ਕਿ ਵੀ ਇੱਕੋ ਦਵਾਈ ਸਾਰੇ ਹੁੰਦੇ ਹੀ ਆ ਹਾਂਜੀ ਹਾਂਜੀ ਕਿਉਂਕਿ ਉਹ ਗੱਲ ਤਾਂ ਉਹੀ ਆ ਵੀ ਬਿਮਾਰੀ ਕੀ ਆ ਪਹਿਲਾਂ ਤਾਂ ਲੱਛਣ ਪਤਾ ਕਰਨੇ ਕਿ ਡਾਇਗਨੋਸ ਲੈਣਾ ਪਊਗਾ ਕੁਝ ਦੇ ਸਿੰਪਟਮ ਸੁਣਨੇ ਪੈਣਗੇ ਜੀ ਫਿਰ ਅਸੀਂ ਆਪਸ ਵਿੱਚ ਸਾਰੇ ਟੀਮ ਸਾਡੇ ਸਲਾਹ ਮਸ਼ਵਰਾ ਕਰਦੇ ਆਂ ਲੱਗਦਾ ਤੁਸੀਂ ਟੈਸਟ ਲਈ ਭੇਜ ਦਿੰਦੇ ਹਾਂ ਜਿਸਨੂੰ ਲੱਗੂਗਾ ਜੀ ਉਹਨੂੰ ਕਹਿ ਵੀ ਦਈਦਾ ਵੀ ਡਾਕਟਰ ਸਾਹਿਬ ਸਾਰੇ ਸਲਾਹ ਮਸ਼ਵਰਾ ਕਰਕੇ ਵੀ ਹੁਣ ਇਹਨੂੰ ਟੈਸਟ ਲਈ ਲੋੜ ਆ ਇਹ ਪਈਦਾ 10 ਦਿਨ ਦਾ ਕਾਜੀ ਤੋਂਗਾ ਹਾਂ ਕਿਉਂਕਿ ਇਹ ਚੀਜ਼ ਡਿਪੈਂਡ ਕਰਦੀ ਹੈ ਆਪਣੇ ਦਿਮਾਗ ਦੇ ਵਿੱਚ ਜਿਹੜੇ ਪਾਰਟਸ ਹੈ ਕਿਹੜੇ ਪਾਰਟ ਦੀ ਕੀ ਦਿੱਕਤ ਹੈ ਕੀ ਦਿੱਕਤ ਬਿਲਕੁਲ ਠੀਕ ਹੈ ਡਾਕਟਰ ਸਾਹਿਬ ਤੁਹਾਡੇ ਕੋਲ ਆਣਾ ਇੱਕ ਇੱਕ ਮੈਂ ਤੁਹਾਨੂੰ ਫੀਡਬੈਕ ਵੀ ਦੇ ਦਿੰਨੇ ਲੋਕਾਂ ਦੀ ਬੜੀ ਵਧੀਆ ਫੀਡਬੈਕ ਤੁਹਾਡੇ ਨਾਲ ਕਿ ਡਾਕਟਰ ਸਾਹਿਬ ਸਮਝਾਉਂਦੇ ਬੜੇ ਵਧੀਆ ਤਰੀਕੇ ਨਾਲ ਨੇ ਬੇਸਿਕ ਤੋਂ ਸਮਝਾਉਂਦੇ ਨੇ ਕਿ ਹਰੇਕ ਅੰਗ ਦਾ ਫੰਕਸ਼ਨ ਕੀ ਹੈ ਬਿਮਾਰੀ ਤਾਂ ਬਾਅਦ ਚ ਤੁਸੀਂ ਸਮਝੋਗੇ ਨਾ ਪਹਿਲੇ ਫੰਕਸ਼ਨ ਸਮਝ ਲਓ ਕੀ ਹੈ ਚਲੋ ਅੱਜ ਇੱਥੋਂ ਹੀ ਸ਼ੁਰੂਆਤ ਕਰ ਲੈਣਾ ਦਿਮਾਗ ਤੇ ਕਿਹੜੇ ਕਿਹੜੇ ਅੰਗ ਨੇ ਜਾਂ ਦਿਮਾਗ ਤਾਂ ਕਿਹੜੇ ਕਿਹੜ ਬੇਸਿਕਲੀ ਹੈ ਕਿ ਜੇ ਆਪਾਂ ਦਿਮਾਗ ਨੂੰ ਦੇਖੀਏ ਦਿਮਾਗ ਨੂੰ ਆਪਾਂ ਇੱਕ ਕੰਪਲੈਕਸ ਆਰਗਨ ਕਹਿ ਸਕਦੇ ਹਾਂ ਜਿਵੇਂ ਆਪਣੇ ਸ਼ੋਪਿੰਗ ਕੰਪਲੈਕਸ ਹੁੰਦੇ ਆ ਉਹ ਵੀ ਇੱਕ ਬੜਾ ਸ਼ੋਪਿੰਗ ਕੰਪਲੈਕਸ ਹੁਣ ਆਪਣੇ ਮਾਲਸ ਹੀ ਲਗਾ ਲਓ ਮਾਲਸ ਉੱਚ ਕੋਈ ਕੱਪੜੇ ਦੀ ਦੁਕਾਨ ਆ ਕੋਈ ਫੂਡ ਰੈਸਟੋਰੈਂਟਸ ਨੇ ਕੋਈ ਸ਼ੂਜ਼ ਆਊਟਲੈਟ ਤਾਂ ਇਸ ਤਰ੍ਹਾਂ ਦਿਮਾਗ ਕੰਪਲੈਕਸ ਹੈ ਚ ਅਲੱਗ-ਅਲੱਗ ਪਾਰਟਸ ਪਏ ਆ ਬ੍ਰੇਨ ਦਾ ਬੇਸਿਕਲੀ ਤਿੰਨ ਪਾਰਟਸ ਕਹਿ ਦਿੰਨੇ ਆ ਅਸੀਂ ਵੀ ਤਿੰਨ ਪਾਰਟਸ ਹੁੰਦੇ ਆ ਸੈਰੀਬਰਮ ਹੋ ਗਿਆ ਮਿਡ ਬ੍ਰੇਨ ਹੋ ਗਿਆ ਸੈਰੀਬੈਲਮ ਹੋ ਗਿਆ ਇਹਨਾਂ ਦੇ ਅੱਗੇ ਮਿਡ ਬ੍ਰੇਨ ਦੇ ਵੀ ਅੱਗੇ ਪਾਰਟਸ ਆ ਜਾਂਦੇ ਆ ਇਸ ਤਰ੍ਹਾਂ ਇਹਨਾਂ ਨੇ ਆਪਣੇ ਅਲੱਗ-ਅਲੱਗ ਪਾਰਟਸ ਡਿਵਾਈਡ ਕੀਤੇ ਆ ਇਸ ਤੋਂ ਛੋਟ ਇਸ ਤੋਂ ਫਿਰ ਅੱਗੇ 12 12 ਪਹਿਲਾਂ ਆਪਾਂ ਗੱਲ ਕੀਤੀ ਆ 12 ਨਸਾਂ ਨਿਕਲਦੀਆਂ ਨੇ ਮੇਨ ਰੀਡ ਦੀ ਹੱਡੀ ਦੀ ਜਿਹੜੀ ਨਸਾ ਸੁਸ਼ਮਨਾ ਨਾੜੀ ਕਹਿੰਦੇ ਨੇ ਉਹ ਵੀ ਇਸ ਤੋਂ ਹੀ ਨਿਕਲਦੀ ਆ ਤਾਂ ਤੁਸੀਂ ਇਹ ਸੋਚ ਲਓ ਵੀ ਇਹ ਸਾਰੀਆਂ ਚੀਜ਼ਾਂ ਮਿਲ ਕੇ ਫਿਰ ਇਹ ਆਪਣੇ ਫੰਕਸ਼ਨ ਕਰਦੇ ਆ ਡਾਕਟਰ ਸਾਹਿਬ ਜਿਹੜੀਆਂ ਅਕਸਰ ਆਮ ਤੌਰ ਤੇ ਆਪਾਂ ਕਹਿੰਦੇ ਨੇ ਕਿ ਨਸ ਪਿੰਚ ਹੋ ਗਈ ਨਸ ਦੱਬ ਗਈ ਉਹ ਉਹ ਫੰਕਸ਼ਨ ਕਰਨਾ ਸਰੀਰ ਨੇ ਛੱਡ ਦਿੱਤਾ ਜਾਂ ਸਹੀ ਕਮਾਂਡ ਨਹੀਂ ਜਾ ਰਹੀ ਜਿਹੜੀ ਪਿੰਚ ਹੋਈ ਨਸ ਹੈ ਉਹ ਮੈਡੀਸਨ ਦੇ ਨਾਲ ਠੀਕ ਹੋ ਸਕਦੀ ਹਾਂਜੀ ਬੇਸਿਕਲੀ ਕੀ ਹੈ ਉਹ ਚੀਜ਼ ਕਮਜ਼ੋਰ ਹੋ ਗਈ ਨਾ ਅਪਾ ਨੂੰ ਨਾ ਬੂਸਟਰ ਦਵਾਂਗੇ ਜਿਹੜਾ ਸਾਡੇ ਕੋਲ ਸਾਡੀਆਂ ਆਪਣੀਆਂ ਦਵਾਈਆਂ ਬੇਸਿਕਲੀ ਮੈਂ ਇੱਕ ਅੱਜ ਲੋਕਾਂ ਦਾ ਹੋਰ ਵੀ ਕਈ ਲੋਕ ਕਹਿੰਦੇ ਆ ਵੀ ਤੁਸੀਂ ਆਯੁਰਵੇਦ ਬਾਰੇ ਦੱਸਦੇ ਹੋ ਆਯੁਰਵੇਦ ਅਸੀਂ ਚਲੋ ਦਵਾਈ ਆ ਸਾਡੇ ਕੋਲ ਆਯੁਰੋਐਡਿਕ ਮੈਡੀਸਿਨ ਕਹਿੰਦੇ ਆ ਜਿਹੜੀ ਅਸੀਂ ਦੇਸੀ ਦਵਾਈ ਤਿਆਰ ਕਰਨ ਲਈ ਪਰ ਜਿਹੜਾ ਅਸੀਂ ਕਹਿੰਦੇ ਆ ਇਹ ਆਯੁਰਵੇਦ ਟਰੀਟਮੈਂਟ ਹੈ ਉਹਦਾ ਮਤਲਬ ਇਹ ਨਹੀਂ ਵੀ ਉਹ ਕੋਈ ਵੀ ਆਯੁਰਵੇਦ ਵਾਲਾ ਸਾਡੇ ਵਾਲਾ ਟ੍ਰੀਟਮੈਂਟ ਦੇ ਦੇਗਾ ਨਹੀਂ ਸਾਡੀ ਸਾਡੀ ਆਪਣੀ ਉਹ ਜਿਹੜੀ ਫਾਰਮੂਲੇਸ਼ਨਸ ਹੈਗੀਆਂ ਸਾਡੀਆਂ ਆਪਣੀਆਂ ਆ ਸਾਡੀ ਮਾਰਕੀਟ 'ਚ ਸਾਡੀ ਮੈਡੀਸਿਨ ਕਿਸੇ ਕੋਲ ਨਹੀਂ ਮਿਲੇਗੀ ਜਿਵੇਂ ਬੇਸਿਕਲੀ ਹਰ ਹਰ ਐਪੀਸੋਡ 'ਚ ਗੱਲ ਚੱਲਦੀ ਹੈ ਤਾਂ ਮੈਂ ਉੱਥੇ ਕਹਿੰਦਾ ਨੂੰ ਵੀ ਹਾਂ ਇਹ ਵਿੱਚ ਸੰਭਵ ਆ ਤਾਂ ਉਹਦਾ ਮਤਲਬ ਇਹ ਆ ਵੀ ਸਾਡੇ ਕੋਲ ਉਸ ਚੀਜ਼ ਦਾ ਹਲਾ ਸੰਭਵ ਆ ਮੈਂ ਦੂਜੇ ਦੀ ਗਾਰੰਟੀ ਨਹੀਂ ਦੇ ਸਕਦਾ ਵੀ ਉਹਦੇ ਕੋਲ ਇਹ ਸੰਭਵ ਆ ਕਿ ਨਹੀਂ ਸੰਭਵ ਇਹ ਨਹੀਂ ਵੀ ਸਾਰੀ ਆਯੁਰਵੇਦ ਦੀ ਇੱਕੋ ਹੁੰਦੀ ਹੈ ਜੀ ਸਾਨੂੰ ਕੁਕ ਲੋਕ ਕਹਿੰਦੇ ਨੇ ਜੀ ਅਸੀਂ ਤੇ ਇਸ ਜੀ ਬਹੁ ਖਾਦਿਆ ਜੀ ਅਸੀਂ ਆਜੂ ਬਹੁ ਖਾਦਿਆ ਨੇ ਸਾਡੇ ਕੋਲ ਬਹੁਤ ਆ ਗਏ ਇਹ ਚੀਜ਼ ਕਹਿੰਦੇ ਨੇ ਲੋਕਾਂ ਦੇ ਮਨ ਦੇ ਵਿੱਚ ਇਹੀ ਹੁੰਦਾ ਕਿ ਮੈਂ ਆਯੁਰਵੇਦ ਉੱਥੇ ਵੀ ਖਾ ਲਈ ਆਯੁਰਵੇਦ ਤਾਂ ਬਰਾਬਰ ਹੀ ਹੈ ਮੈਂ ਇੱਥੇ ਵੀ ਖਾ ਲਾ ਪਾ 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 ਲ ਹਾਂ ਇਹ ਅਬ ਬੇਸਿਕਲ ਸੇਮ ਆ ਪਰ ਤੁਸੀਂ ਉਹ ਚ ਕਿਹੜੀਆਂ ਫਾਰਮੂਲੇਸ਼ਨਸ ਪਾਈਆਂ ਇਹ ਤੁਹਾਡੀਆਂ ਆਪਣੀਆਂ ਪਰਸਨਲ ਇਹੀ ਇਹੀ ਤੁਹਾਡੀ ਖਾਸੀਅਤ ਹੈ ਹਾਂਜੀ ਠੀਕ ਹੈ ਡਾਕਟਰ ਦੀਕਸ਼ਾ ਦੀਕਸ਼ਾ ਤੇ ਇਹਦਾ ਵੀ ਉਮਰ ਤੇ ਨਾਲ ਕੋਈ ਸਬੰਧ ਹੈਗਾ ਜਾਂ ਤੁਹਾਡੀ ਜਿਹੜੀ ਹੈ ਕਿਉਂਕਿ ਤੁਹਾਡੇ ਕੋਲ ਤਾਂ ਬਹੁਤ ਸਾਰੇ ਮਰੀਜ਼ ਆਉਂਦੇ ਆ ਤੁਹਾਡੀ ਕੋਈ ਆਪਣੀ ਥਿਊਰੀ ਹੈਗੀ ਹੈ ਕਿ ਇੱਕ ਕਿਸ ਏਜ ਦੇ ਲੋਕ ਜ਼ਿਆਦਾ ਆਉਂਦੇ ਨੇ ਜਾਂ ਇਹ ਨਾਰਮਲ ਹੈ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਦਿਮਾਗੀ ਪ੍ਰੋਬਲਮ ਆ ਸਕਦੀ ਹੈ ਨਹੀਂ ਇਹ ਚੀਜ਼ ਕਿਸੇ ਨੂੰ ਵੀ ਹੋ ਸਕਦੀ ਹੈ ਡਿਪੈਂਡ ਕਰਦੀ ਹੈ ਸਵਿਰਟੀ ਕਿੰਨੀ ਹੈ ਜਾਂ ਇਹ ਚੀਜ਼ ਡਿਪੈਂਡ ਕਰਦੀ ਹੈ ਕਿ ਆਪਾਂ ਪਹਿਲਾਂ ਤਾਂ ਧਿਆਨ ਦਿੰਦਾ ਹੈ ਕਿ ਨਹੀਂ ਉਸ ਚੀਜ਼ ਨੂੰ ਕਿ ਉਹ ਵੱਧਦੀ ਗਈ ਹੈ ਉਹ ਪਹਿਲਾਂ ਤੋਂ ਵਧੀ ਹੈ ਜਾਂ ਹੁਣ ਹੋਈ ਹੈ ਏ ਚੀਜ਼ ਡਿਪੈਂਡ ਕਰਦੀ ਹੈ ਕੁਝ ਆਪਾਂ ਸਿੰਪਟਮਸ ਦੇ ਕੇ ਇਹ ਚੀਜ਼ ਦੇਖਦੇ ਹਾਂ ਕਿ ਹਾਂ ਇਹ ਚੀਜ਼ ਹੋ ਸਕਦਾ ਪਹਿਲਾਂ ਤੋਂ ਹੋਵੇ ਤੁਸੀਂ ਟੈਸਟ ਕਰਾਇਆ ਜਾਂ ਤੁਸੀਂ ਧਿਆਨ ਨਹੀਂ ਦਿੱਤਾ ਤਾਂ ਪੇਸ਼ੈਂਟਸ ਨੂੰ ਅਸੀਂ ਉਸ ਚੀਜ਼ ਵੱਲ ਕਹਿੰਦੇ ਹਾਂ ਕਿ ਜੇ ਤੁਸੀਂ ਧਿਆਨ ਨਹੀਂ ਦਿੱਤਾ ਤਾਂ ਅਗਰ ਤੁਹਾਨੂੰ ਟੈਸਟ ਦੀ ਲੋੜ ਹੈ ਤਾਂ ਤੁਹਾਨੂੰ ਪਹਿਲਾਂ ਟੈਸਟ ਕਰਾਓ ਇਹ ਨਹੀਂ ਹੈ ਕਿ ਪੇਸ਼ੈਂਟ ਆਇਆ ਸੀ ਮੈਡੀਸਿਨ ਦੇਣੀ ਦੇਣੀ ਹੈ ਜੇ ਸਾਨੂੰ ਲੱਗਦਾ ਹੈ ਕਿ ਪੇਸ਼ੈਂਟ ਦੀ ਸਾਨੂੰ ਟੈਸਟ ਦੀ ਲੋੜ ਹੈ ਸਭ ਤੋਂ ਪਹਿਲਾਂ ਅਸੀਂ ਪੇਸ਼ੈਂਟ ਨੂੰ ਟੈਸਟ ਹੀ ਲਿਖਾ ਇਹ ਜੇ ਰਿਲੇਟਡ ਇਹ ਹੋ ਸਕਦਾ ਬਸ ਬ੍ਰੇਨ ਦੀ ਜੇ ਕੋਈ ਦਿੱਕਤ ਹੈ ਤਾਂ ਏਜ ਦੇ ਹਿਸਾਬ ਨਾਲ ਉਸ ਚ ਦਿਮਾਗ ਸੁngੜਨ ਲੱਗ ਜਾਂਦਾ ਐ ਟ੍ਰੋਫੀ ਕਹਿੰਦੇ ਨੇ ਆਪਾਂ ਐਮ ਆਰ ਆਈ ਵਗੈਰਾ ਕਰਾਉਂਦੇ ਆ ਵੀ ਐ ਟ੍ਰੋਫੀਕਲ ਚੇਂਜਸ ਆ ਗਏ ਏਜ ਰਿਲੇਟਡ ਹਾਂ ਉਹ ਇਹ ਆ ਵੀ ਕੰਸਿਸਟੈਂਟ ਜਿਵੇਂ ਆਪਣੇ ਸ਼ਹਿਰਿਆਂ ਤੇ ਝੋੜਨੀਆਂ ਪੈ ਗਈਆਂ ਇੱਕ ਉਮਰ ਤੋਂ ਬਾਅਦ ਸਰੀਰ ਢਿੱਲਾ ਪੈ ਗਿਆ ਉਸੇ ਤਰ੍ਹਾਂ ਦਿਮਾਗ ਵੀ ਇੱਕ ਉਮਰ ਤੋਂ ਬਾਅਦ ਸੁngੜਨਾ ਸ਼ੁਰੂ ਹੋ ਜਾਂਦਾ ਹੈ ਨਾ ਸੋਹ ਦੇ ਉਮਰ ਦੇ ਬੱਚਿਆਂ ਤੋਂ ਲੈ ਕੇ ਤੁਸੀਂ ਦੇਖੋ ਦਿਮਾਗ ਦੀ ਪ੍ਰੋਬਲਮ ਤਾਂ ਛੋਟੀ ਮੱਤਰੇ ਬੰਜਰੋਕੇ ਤੱਕ ਕਿਸੇ ਨੂੰ ਵੀ ਹੋ ਸਕਦੀ ਹੈ ਜੀ ਆਪਾਂ ਦੇਖਦੇ ਆਪਾਂ ਨੂੰ ਬੱਚਿਆਂ ਨੂੰ ਬਹੁਤ ਜਿਆਦੀ ਪ੍ਰੋਬਲਮ ਬੱਚਿਆਂ ਨੂੰ ਆਉਂਦੀ ਹੈ ਜੀ ਇਹ ਵੈਟਸਪ ਇਹ ਅਕਸਰ ਲੋਕ ਇਹ ਵੀ ਕਹਿੰਦੇ ਕਿ ਇਹ ਕਿਵੇਂ ਦੇ ਮਾਡਰਨ ਵੈਦ ਨੇ ਵੈਦ ਤਾਂ ਨਸ ਫੜ ਕੇ ਦੱਸ ਦਿੰਦੇ ਨੇ ਕਿ ਤੁਹਾਨੂੰ ਕੀ ਬਿਮਾਰੀ ਹੈ ਤੁਸੀਂ ਟੈਸਟ ਵੀ ਲਿਖਦੇ ਹੋ ਕਿ ਤੁਸੀਂ ਟੈਸਟ ਕਰਾ ਕੇ ਆਓ ਨਹੀਂ ਉਸ ਨਾਲ ਬਹੁਤ ਗੱਲਾਂ ਨੇ ਜਿਵੇਂ ਹੁਣ ਅੱਜ ਕੱਲ ਆਪਾਂ ਕਿਸੇ ਵੀ ਬਿਨਾ ਕੰਪਿਊਟਰ ਤੋਂ ਆਪਾਂ ਪੜਾਈ ਕਰ ਲਾਗੇ ਨਹੀਂ ਹੋਣੀ ਜੀ ਜੇ ਬੌਦਨ ਖੇਤੀ ਕਰੀਏ ਨਹੀਂ ਹੋਣੀ ਹੈਗੀ ਜੀ ਉਹ ਮਤਲਬ ਤੁਸੀਂ ਵੀ ਜ਼ਮਾਨੇ ਨਾਲ ਬਦਲ ਗਏ ਹੋ ਜ਼ਮਾਨੇ ਹਾਂ ਜੀ ਜਦੋਂ ਦੇਖੋ ਸਾਇੰਸ ਨੇ ਇੰਨੀ ਤਰੱਕ ਇੱਡੀਆ ਬੜੀਆਂ ਮਸ਼ੀਨਾਂ ਬਣਾਤੀਆਂ ਨਾਲ ਇੱਕ ਹੋਰ ਆ ਜੀ ਕੋਈ ਵੀ ਬੈਦ ਨਬਜ ਫੜ ਕੇ ਬਹੁਤ ਵੱਡੀਆਂ-ਵੱਡੀਆਂ ਬੋਰੀ ਨਹੀਂ ਦੱਸ ਸਕਦਾ ਹੋ ਸਕਦਾ ਪਹਿਲਾਂ ਦੱਸ ਦੇ ਹੁਣ ਹੁਣ ਬਹੁਤ ਘਟ ਹੋਣਗੇ ਉਹ ਉਂਗਲਿਆਂ ਦੇ ਹੋ ਕਿਸੇ ਚੀਜ਼ ਦਾ ਬਿਜ਼ਨਸ ਨਹੀਂ ਹੁੰਦਾ ਹੋਣਗੇ ਘਟ ਪਰ ਜਿਹੜੀਆਂ ਬਹੁਤੀਆਂ ਵੱਡੀਆਂ ਬਿਮਾਰੀਆਂ ਨੇ ਜਾਂ ਤਾਂ ਡਾਕਟਰ ਡਾਇਗਨੋਸ ਕਰ ਦਿੰਦੇ ਨੇ ਜੀ ਜਾਂ ਫਿਰ ਉਹਨਾਂ ਨੂੰ ਆਪਣੇ ਰਿਪੋਰਟਰ ਨਾਲ ਹੀ ਪਤਾ ਲੱਗਦਾ ਜੀ ਹੁਣ ਬਹੁਤ ਬਿਮਾਰੀਆਂ ਐਹਦੀਆਂ ਨਹੀਂ ਆ ਤੁਹਾਨੂੰ ਜਿਹੜੀ ਰਿਪੋਰਟ ਪਤਾ ਲੱਗ ਜਾਂਦਾ ਹੈ ਨਾ ਬਹੁਤ ਐਹਹਦੀਆਂ ਬਿਮਾਰੀਆਂ ਨੇ ਜਿਹੜੀਆਂ ਰਿਪੋਰਟਾਂ ਚ ਆਉਂਦੀ ਨਹੀਂ ਜੀ ਉਹ ਡਾਕਟਰਾਂ ਨੂੰ ਡਾਇਗਨੋਸੇ ਕਰਨੇ ਪੈਂਦੇ ਨੇ ਜੀ ਉਹ ਮਾਈਗਰੇਨ ਮਾਈਗਰੇਨ ਕਿਸ ਰਿਪੋਰਟ ਚ ਨਹੀਂ ਆਉਂਦੀ ਰਿਪੋਰਟ ਚ ਨਹੀਂ ਆਉਂਦੀ ਹੁਣ ਪਾਰਕਿਨਸਨ ਹੋ ਗਿਆ ਜੀ ਉਹ ਕਿਸੇ ਰਿਪੋਰਟ ਚ ਨਹੀਂ ਆਉਂਦੀ ਉਹ ਉਹ ਡਾਕਟਰ ਨੇ ਹੀ ਤੈਅ ਕਰਨਾ ਕਿ ਇਹਨੂੰ ਬਿਮਾਰੀ ਹੈ ਜਿਵੇਂ ਜਾਂ ਦੌਰੇ ਪੈਂਦੇ ਨੇ ਜਿਵੇਂ ਹੁਣ ਆਮ ਕਰਕੇ ਪਤਾ ਨਹੀਂ ਲੱਗਦਾ ਬਹੁਤ ਘੱਟ ਆ ਵੀ ਸੀਜ਼ਰ ਡਿਸਆਰਡਰ ਹੈ ای ای ਚ ਆ ਜਾਏਗਾ ਇੱਕ ਗੱਲ ਹੋਰ ਡਾਕਟਰ ਸਾਹਿਬ ਆਮ ਤੌਰ ਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਦਿਮਾਗ ਦੀ ਜਿਹੜੀ ਪ੍ਰੋਬਲਮ ਹੈਗੀ ਹੈ ਤੋ ਬੰਦੇ ਨੂੰ ਲੱਗਦਾ ਸਿਰਫ ਦਿਮਾਗ ਨਾਲ ਹੀ ਹੈਗੀ ਹੈ ਪਰ ਜਿਵੇਂ ਤੁਸੀਂ ਦੱਸਿਆ ਕਿ ਦਿਮਾਗ ਨੇ ਸਾਰੇ ਸਰੀਰ ਨੂੰ ਫੰਕਸ਼ਨ ਕਰਨਾ ਹੈ ਦਿਮਾਗ ਤੇ ਰੀਡ ਦੀ ਹੱਡੀ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਕੀ ਲਿੰਕ ਹੈ ਬੇਸਿਕਲੀ ਜੇ ਆਪਾਂ ਦੇਖੀਏ ਦਿਮਾਗ ਦੀ ਪੂੰਛ ਕਹਿ ਸਕਦੇ ਹਾਂ ਪਰ ਰੀਡ ਦੀ ਹੱਡੀ ਨੂੰ ਅੱਛਾ ਜਿੱਥੇ ਬ੍ਰੇਨ ਆਪਣਾ ਆ ਕੇ ਲਾਸਟ ਚ ਗਰਦਨ ਦੇ ਪਿੱਛੇ ਖਤਮ ਹੋਇਆ ਤਾਂ ਉੱਥੇ ਇੱਕ ਸੈਂਟਰ ਹੈਗਾ ਖੋਪੜੀ ਦੇ ਵਿੱਚ ਉੱਥੋਂ ਹੀ ਰੀਡ ਦੀ ਹੱਡੀ ਦੇ ਰੂਪ ਚ ਅੱਗੇ ਥੱਲੇ ਲੰਬਾਈ ਚੱਲ ਜਾਂਦੀ ਹੈ ਬੇਸਿਕਲੀ ਰੀਡ ਦੀ ਹੱਡੀ ਨਹੀਂ ਰੀਡ ਦੀ ਨਸ ਰੀਡ ਦੀ ਜਿਹੜੀ ਨਸ ਆ ਨਰਵ ਸਪਾਈਨਲ ਨਰਵ ਉਹ ਬ੍ਰੇਨ ਦਾ ਹੀ ਇੱਕ 파ਟ ਹੈ। ਹਾਂਜੀ ਤੁਸੀਂ ਇਹ ਦੇਖ ਲਓ ਵੀ ਬ੍ਰੇਨ ਇਹ ਜੀ ਚੀਜ਼ ਆ ਜੇ ਬ੍ਰੇਨ ਦੇ ਰਾਈਟ 파ਟ 'ਚ ਦਿੱਕਤ ਆਏਗੀ ਤਾਂ ਤੁਹਾਨੂੰ ਉਹਦਾ ਬੋਡੀ 'ਚ ਲੈਫਟ 파ਟ ਤੇ ਪਤਾ ਲੱਗੇਗਾ। ਇੱਕ ਕ੍ਰੋਸ ਇਹ ਕ੍ਰੋਸ ਕ੍ਰਿਸ ਕ੍ਰੋਸ ਬੰਦਾ ਇਹ ਕ੍ਰਿਸ ਕ੍ਰੋਸ ਬੰਦਾ ਲੈਫਟ 파ਟ ਤੇ ਦਿੱਕਤ ਆਏਗੀ ਤਾਂ ਤੁਹਾਡਾ ਰਾਈਟ 파ਟ ਜਾਏਗਾ। ਰਾਈਟ 'ਚ ਆਏਗੀ ਲੈਫਟ 파ਟ ਜਾਏਗਾ। ਇਸ ਤਰ੍ਹਾਂ ਕਨੈਕਸ਼ਨ ਹੋਏਗਾ ਹੁਣ ਇੱਕ ਆਪਾਂ ਗੱਲ ਕਰਦੇ ਆ ਆਪਾਂ ਰਿਪੋਰਟਸ ਦੀ ਗੱਲ ਕੀਤੀ ਆ ਆਪਾਂ ਗੱਲ ਕਰਦੇ ਆ ਡਿਮੈਂਸ਼ੀਆ ਦੀ ਹੁਣ ਭੁੱਲਣ ਦੀ ਬਿਮਾਰੀ ਉਹ ਆਪਾਂ ਹੁਣ ਕਿੱਦਾਂ ਇੱਕ ਟੈਸਟ ਕਰਕੇ ਦੱਸ ਸਕਦੇ ਆ ਵੀ ਉਹਨੂੰ ਭੁੱਲਣ ਦੀ ਬਿਮਾਰੀ ਕਿਵੇਂ ਹੋਈ ਆ ਪਰ ਉਹਦਾ ਟ੍ਰੀਟਮੈਂਟ ਹੈ ਬਿਲਕੁਲ ਹੈ ਬਹੁਤ ਹੀ ਵਧੀਆ ਜੀ ਹੈ ਨਾ ਉਹ ਵੀ ਹੁਣ ਸਿੰਪਟਮ ਤਾਂ ਦੱਸਣਾ ਪੈਣਾ ਜੀ ਉਹ ਡਿਮੈਂਸ਼ੀਆ ਹੋ ਗਿਆ ਅਲਜ਼ਾਈਮਰ ਹੋ ਗਿਆ ਇਹ ਦੋਹੇ ਜਨਨ ਕਿ ਡਿਮੈਂਸ਼ੀਆ ਇੱਕ ਗਰੁੱਪ ਕਹਿ ਦਿੰਦੇ ਨੇ ਤੇ ਅਲਜ਼ਾਈਮਰ ਮੇਨ ਡਿਜ਼ੀਜ਼ ਇਹ ਇਹ ਡਾਕਟਰ ਸਾਹਿਬ ਉਮਰ ਦੇ ਨਾਲ ਹੁੰਦਾ ਜਾ ਕੇ ਹੀ ਆ ਉਮਰ ਤੋਂ ਪਹਿਲਾਂ ਵੀ ਹੁੰਦਾ ਮੈਮ ਉਮਰ ਦੇ ਨਾਲ ਹੁੰਦਾ ਪਰ ਕਈਆਂ ਨੂੰ ਉਮਰ ਤੋਂ ਪਹਿਲਾਂ ਵੀ ਹੋ ਜਾਂਦਾ ਹੈ ਆ ਤੇ ਆਮ ਲੋਕ ਚਰਚਾ ਜਦੋਂ ਕਰਦੇ ਨੇ ਕਿ ਦਿਮਾਗ ਦੇ ਵਿੱਚ ਕਲੌਟ ਬਣ ਗਿਆ ਹੈ ਦਿਮਾਗ ਤੇ ਕੋਈ ਨਸ ਫਟ ਗਈ ਕੀ ਆਯੁਰਵੈਦ ਦੇ ਵਿੱਚ ਉਹਦਾ ਵੀ ਇਲਾਜ ਹੈਗਾ ਕਲੌਟ ਖਤਮ ਹੋ ਸਕਦਾ ਐ ਕਲੋਟ ਬੇਸਿਕਲੀ ਗਲਤਾ ਹੋਈ ਆ ਕਿ ਜਿਵੇਂ ਹਾਰਟ ਚ ਆਇਆ ਹਾਰਟ ਅਟੈਕ ਹੋ ਗਿਆ ਬ੍ਰੇਨ ਚ ਆਇਆ ਬ੍ਰੇਨ ਦਾ ਅਟੈਕ ਹੋ ਗਿਆ ਕਿਸੇ ਲੱਤ ਵਗੈਰਾ ਚ ਗਿਆ ਆਪਾਂ ਕਹਿੰਦਾ ਲੱਤ ਜਿਨ ਕਲੋਟ ਆ ਗਿਆ ਤਾਂ ਕਲੋਟ ਆ ਕਲੋਟ ਬਾਡੀ ਚ ਕਿਤੇ ਵੀ ਟਰੈਵਲ ਕਰ ਸਕਦਾ ਆ ਤਾਂ ਜਿਹੜੇ ਪਾਟ ਦੇ ਜਿਹੜੀ ਨਾੜੀ ਦੇ ਵਿੱਚ ਗਿਆ ਜਿਹੜੇ ਏਰੀਆ ਦੀ ਆ ਤਾਂ ਉੱਥੇ ਉਹ ਦਿੱਕਤ ਆ ਗਈ ਕਿਉਂਕਿ ਦਿਮਾਗ ਨੂੰ ਵੀ ਬਲੱਡ ਸਪਲਾਈ ਦੀ ਜ਼ਰੂਰਤ ਆ ਉਹਨੂੰ ਆਕਸੀਜਨ ਚਾਹੀਦੀ ਆ ਤਾਂ ਉਹ ਚ ਬਲੱਡ ਸਰਕੂਲੇਟ ਕਰਦਾ ਤਾਂ ਦਿਮਾਗ ਦੀਆਂ ਜੇ ਨਾੜੀਆਂ ਦੇ ਵਿੱਚੋਂ ਚਲੇ ਗਿਆ ਤਾਂ ਉੱਥੇ ਉਹ ਆ ਗਿਆ ਇੱਕ ਇੱਕ ਹੋਰ ਮਾਸਟਰ ਗਲੈਂਡ ਬਾਰੇ ਵੀ ਬੜਾ ਚਰਚਾ ਰਹਿੰਦੀ ਹੈ ਉਹ ਕੀ ਚੀਜ਼ ਹੈ ਮਾਸਟਰ ਗਲੈਂਡ ਬੇਸਿਕਲੀ ਆਪਾਂ ਕਹਦੇ ਨੇ ਵੀ ਖੋਪੜੀ ਦੇ ਵਿੱਚ ਸਿਰਫ ਦਿਮਾਗ ਆ ਦਿਮਾਗ ਨਹੀਂ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਨਜ਼ਾ ਵਗੈਰਾ ਹੈ ਗਿਆ ਤੇ ਉਸ ਤੋਂ ਛੋਟ ਗਲੈਂਡਸ ਹੁੰਦੇ ਆ ਦਿਮਾਗ ਦੇ ਵਿੱਚ ਛੋਟੇ ਛੋਟੇ ਉੱਥੇ ਪਿਟਿਊਟਰੀ ਗਲੈਂਡ ਹੁੰਦਾ ਇੱਕ ਇਹਨੂੰ ਮਾਸਟਰ ਗਲੈਂਡ ਕਿਹਾ ਜਾਂਦਾ ਤੁਸੀਂ ਇਹ ਦੇਖੋ ਵੀ ਉਹ ਬੋਡੀ ਦੀ ਇਹ ਜਿਵੇਂ thyroid ਹੋ ਗਿਆ ਆਪਣੇ sex related hormones ਹੋ ਗਏ ovaries ਦੇ hormones ਹੋ ਗਏ ਉਹ ਸਾਰੇ ਜਦ ਕੰਮ ਕਰਦੇ ਆ ਉਹ ਤੋਂ ਪੁੱਛ ਕੇ ਕਰਦੇ ਔਰ ਇਹ ਹੁੰਦਾ ਸਿਰਫ ਇੱਕ ਮਟਰ ਦੇ ਦਾਣੇ ਜਿੱਡਾ ਸਾਈਜ਼ ਹੈ ਜੀ ਇਹਦਾ ਸਿਰਫ ਤੇ ਤੁਸੀਂ ਇਹ ਦੇਖ ਲਓ ਇਹ ਸਾਰੇ ਪਾਸੇ ਜਿੰਨੇ glands ਦੀਆਂ secretions ਆ ਸਭ ਨੂੰ ਇਹ ਕੰਟਰੋਲ ਕਰਦਾ ਸਭ ਨੂੰ ਇਹ ਦੱਸਦਾ ਵੀ ਬੈਲੈਂਸ ਕਰਨੇ ਸਾਰੇ ਇਹ ਨਹੀਂ ਕਰਨੇ ਹਾਂਜੀ ਤਾਂ ਉਹ ਸਭ ਕੁਝ ਇਹਦੇ ਥਰੂ ਹੀ ਹੁੰਦਾ ਹਮ WhatsApp गिव اٹਨ ਤੋਂ ਪਹਿਲਾਂ ਇੱਕ ਸਵਾਲ ਮੇਰਾ ਜ਼ਰੂਰ ਆ ਆਮ ਤੌਰ ਤੇ ਦਿਮਾਗ ਨਾਲ ਸੰਬੰਧਿਤ ਬਿਮਾਰੀਆਂ ਦੇ ਵਿੱਚ ਇੱਕ ਸਭ ਤੋਂ ਵੱਡੀ ਬਿਮਾਰੀ ਹੈਗੀ ਐ ਐਂਜ਼ਾਇਟੀ ਹੋਣਾ ਘਬਰਾਟ ਹੋਣੀ ਡਿਪਰੈਸ਼ਨ ਦੇ ਵਿੱਚ ਚਲੇ ਜਾਣਾ ਬਾਈਪੋਲਰ ਹੋਣਾ ਇਹ ਆਮ ਲੋਕਾਂ ਨੂੰ ਤਾਂ ਇਹ ਸਮਝ ਹੀ ਨਹੀਂ ਆਉਂਦਾ ਕਿ ਇਹ ਬਿਮਾਰੀ ਵੀ ਹੈ ਲੋਕ ਤਾਂ ਮੰਨਦੇ ਹੀ ਨਹੀਂ ਕਿ ਮੈਨੂੰ ਕੋਈ ਘਬਰਾਟ ਦੀ ਵੀ ਬਿਮਾਰੀ ਹੈ ਜਾਂ ਡਿਪਰੈਸ਼ਨ ਦੀ ਵੀ ਕੋਈ ਬਿਮਾਰੀ ਹੈ ਇਹ ਸਮਝਣ 'ਚ ਬੜਾ ਸਮਾਂ ਲੱਗ ਜਾਂਦਾ ਕਿ ਹਾਂ ਤੁਸੀਂ ਬਿਮਾਰ ਹੋ ਤੁਸੀਂ ਦਵਾਈ ਵੀ ਲੈਣੀ ਹੈ ਇੱਕ ਤਾਂ ਇਹ ਹੁੰਦਾ ਵੀ ਜਦੋਂ ਮਾਨਸਿਕ ਰੋਗ ਕੋਈ ਡਿਪਰੈਸ਼ਨ ਦਾ ਉਹ ਆਪਨੇ ਆਪ ਨੂੰ ਮਰੀਜ਼ ਨਹੀਂ ਮੰਨਦਾ ਉਹ ਉਲਟਾ ਦੂਜੇ ਨੂੰ ਮਰੀਜ਼ ਮੰਨੀ ਜਾਊਗਾ ਉਹ ਵੀ ਮੈਂ ਨਹੀਂ ਮਰੀ ਜੀ ਤੂੰ ਮਰੀਜ ਆ ਜੀ ਇਹ ਹੁਣ ਜਿਵੇਂ ਬਾਈਪੋਲਰ ਆ ਵੀ ਇੱਕੋ ਬੰਦੇ ਦੇ ਦੋ ਤਰ੍ਹਾਂ ਦੇ ਸੁਭਾਅ ਸ਼ਿਕ ਚੀਜ਼ਾਂ ਅਲੱਗ-ਅਲੱਗ ਦੀ ਇਹ ਸਪਲਿਟ ਪਰਸਨੈਲਿਟੀ ਬੰਦਾ ਹਾਂਜੀ ਹਾਂਜੀ ਵੀ ਹੁਣ ਹੱਸਦਾ ਏ ਇਹਨੇ ਵੀ 20 ਮਿੰਟ ਨੂੰ ਜਾਂ ਕੋਈ ਰੌਲੇ ਪਾ ਕੇ ਬਹਿ ਜੇ ਵੀ ਜੀ ਉਹ ਆਪਾਂ ਆਮ ਕਰਕੇ ਬਹੁਤ ਵੱਡੀਆਂ ਸ਼ਖਸੀਅਤਾਂ ਵੀ ਦੇਖਦੇ ਆ ਜਿਹੜੇ ਪੰਗੇ-ਪੰਗੇ ਪਾਏ ਰਹਿੰਦੇ ਨੇ ਉਹ ਆਹੀ ਚੀਜ਼ਾਂ ਨੇ ਜੀ ਉਹ ਜਦ ਮਾਈਗਰੇਨ ਹੋ ਗਏ ਮੇਰਾ ਅੱਧਾ ਸਿਰ ਦੁਖਦਾ ਜੀ ਇਹੇ ਉਹਨੇ ਇਹ ਵੀ ਕਿਤੇ ਰਿਪੋਰਟ ਨਹੀਂ ਆਉਂਦਾ ਜੀ WhatsApp ਇਹ ਇਹ ਤੁਹਾਨੂੰ ਲੱਗਦਾ ਕਿ ਪਰਵਾਰਕ ਮੈਂਬਰਾਂ ਨੂੰ ਵੀ ਥੋੜਾ ਧਿਆਨ ਦੇਣਾ ਚਾਹੀਦਾ ਇਸ ਗੱਲ 'ਤੇ ਕਿਉਂਕਿ ਤੁਸੀਂ ਜਿਵੇਂ ਕਿਹਾ ਕਿ ਮਰੀਜ਼ ਤਾਂ ਆਪਣੇ ਆਪ ਨੂੰ ਮਰੀਜ਼ ਮੰਨਦਾ ਹੀ ਨਹੀਂ ਫਿਰ ਫੈਮਿਲੀ ਨੂੰ ਜ਼ਿਆਦਾ ਧਿਆਨ ਦੇਣਾ ਚਾਹੀਦਾ ਵੀ ਇਹ ਇਹਦਾ ਟ੍ਰੀਟਮੈਂਟ ਹੋਣਾ ਚਾਹੀਦਾ ਹਾਂ ਨਹੀਂ ਤਾਂ ਧਿਆਨ ਤਾਂ ਦੇਣਾ ਚਾਹੀਦਾ ਜੀ ਇਹ ਬਿਲਕੁਲ ਜੀ ਪਰ ਆਮ ਕਰਕੇ ਬਹੁਤ ਜਿਵੇਂ ਮੰਨ ਲਓ ਕੋਈ ਹੱੱਤੇ ਤੋਂ ਹੀ ਜਾਂਦਾ ਜੀ ਉਹ ਹਵਾਹਮ ਹੀ ਉਹਨੂੰ ਕੋਈ ਉញੋਂ ਦੀ ਕੋਈ ਕੁਛ ਕਰੀ ਜਾਂਦੇ ਹੁਣ ਬਹਿਮ ਹੈ ਜੀ ਉਹ ਬੇਸਿਕਲੀ ਬਹਿਮ ਵੀ ਇੱਕ ਬਿਮਾਰੀ ਹੈ ਜੀ ਇਹ ਅਸੀਂ ਬਹਿਮ ਦਾ ਵੀ ਇਲਾਜ ਕਰਦੇ ਹਾਂ ਕੋਕੇ ਵਹਿਮ ਵੀ ਇਹ ਵੀ ਇੱਕ ਦਿਮਾਗ ਦੀ ਹੀ ਬਿਮਾਰੀ ਹੈ ਜੀ ਇਹ ਆਪਾਂ ਉਹਨੂੰ ਨੋਰਮਲ ਲੈ ਆਏ ਨਹੀਂ ਵੀ ਨਹੀਂ ਜਿਹਦਾ ਸੁਭਾਅ ਨੇ ਹਜੀ ਇਹ ਕਿਉਂਕਿ ਇਹ ਕੋਈ ਛੋਟੀ ਬਿਮਾਰੀ ਨਹੀਂ ਹੈ ਬੜੇ ਸਾਰੇ ਲੋਕ ਇਦਾਂ ਦੇ ਪੇਸ਼ੈਂਟ ਦੇਖੇ ਨੇ ਜਿਹੜੇ ਘਰੋਂ ਹੀ ਨਹੀਂ ਨਿਕਲਦੇ ਇੰਨੀ ਉਹਨਾਂ ਨੂੰ ਐ ਹੁੰਦਾ ਵੀ ਦਿਨ ਚੜੀ ਨਾ ਜੀ ਹਨੇਰੇ ਹੀ ਰਹੇ ਰਹੇ ਹੀ ਰਵੇ ਬਿਲਕੁਲ ਇੱਚ ਹੁੰਦਾ ਕਿ ਵਹਿਮ ਡੈਲੀਰੀਅਮ ਕਹਿੰਦੇ ਨੇ ਇੱਚ ਇਹ ਹੈ ਵੀ ਸਰਾਊਂਡਿੰਗ ਦੇ ਬਾਰੇ ਚ ਇੰਨੀ ਅਵੇਅਰਨੈਸ ਨਹੀਂ ਰਹਿੰਦੀ ਜਾਂ ਬੰਦਾ ਡਰਿਆ ਹੀ ਰਹਿੰਦਾ ਵੀ ਹੁਣ ਆ ਚੀਜ਼ ਨਾ ਹੋਵੇ ਕਨਫਿਊਜ਼ੇ ਰਹ ਜਾਂਦਾ ਆਪਣੇ ਆਲੇ ਦੁਆਲੇ ਦੇ ਲਈ ਵੀ ਜਿਵੇਂ ਮੈਂ ਗਲਾਸ ਪੇਚ ਪਾਣੀ ਪੀਣ ਲੈ ਕੇ ਨਹੀਂ ਇਹੀ ਚੀਜ਼ ਦਾ ਵਹਿਮ ਖਾਈ ਜਾਣਾ ਵੀ ਇੱਕ ਪਤਾ ਨਹੀਂ ਕਦ ਦਾ ਕਿਸ ਤਰ੍ਹਾਂ ਪਿਆ ਕਿਉਂ ਪਿਆ ਜਾਂ ਉਹ ਸ਼ੱਕ ਕਰ ਜਾਂ ਸ਼ੱਕ ਕਰਨਾ ਵੀ ਬਿਮਾਰੀਆਂ ਬਿਸ਼ੱਕੇ ਕਰਨਗੇ ਜੀ ਜੀ ਚੀਜ਼ ਦਵਾਈ ਨਾਲ ਠੀਕ ਹੋ ਜਾਂਦੀ ਹੈ ਹਾਂਜੀ ਆਯੁਰਵੈਦ ਅਸ ਇਸ ਤੋਂ ਕੋਈ ਇਲਾਜ ਹੈਗਾ ਹਾਂਜੀ ਕੀ ਬਾਤ ਹੈ ਇਹ ਬਹੁਤ ਵੱਡੀ ਗੱਲ ਇਹਨਾਂ ਨੇ ਕਹੀ ਹੈ ਡਾਕਟਰ ਦੀਕਸ਼ਾ ਮੈਂ ਤੁਹਾਡੇ ਤੋਂ ਸਮਝਾਣਾ ਚਾਹਣਾ ਜਿਹੜੇ ਐਂਜ਼ਾਈਟੀ ਖਾਸ ਤੌਰ ਤੇ ਫੀਮੇਲਸ ਦੇ ਵਿੱਚ ਅਸੀਂ ਇਹ ਬਹੁਤ ਦੇਖਿਆ ਉਹਨਾਂ ਨੂੰ ਇਦਾਂ ਦੀ ਵੀ ਐਂਜ਼ਾਇਟੀ ਬੜੇ ਸਾਰੇ ਕੇਸਿਸ ਇਦਾਂ ਦੇ ਵੀ ਅਸੀਂ ਦੇਖੇ ਆ ਆਮ ਤੌਰ ਤੇ ਆਉਂਦੇ ਆ ਕਿ ਉਹ ਘਰਾਂ ਦੇ ਵਿੱਚ ਹੀ ਆਪਣੇ ਆਪ ਨੂੰ ਕੈਦ ਕਰਕੇ ਰੱਖ ਲੈਂਦੇ ਆ ਉਹ ਉਹ ਇੰਨਾ ਸੋਸ਼ਲ ਨੈਟਵਰਕਿੰਗ ਤੋਂ ਡਰਦੇ ਆ ਲੋਕਾਂ ਦੇ ਵਿੱਚ ਜਾਣ ਤੋਂ ਡਰਦੇ ਆ ਸੋਸ਼ਲ ਮੀਡੀਆ ਤੇ ਅੱਜ ਕੱਲ ਬਹੁਤ ਸਾਰਾ ਤੁਸੀਂ ਦੇਖਿਆ ਹੋਣਾ ਕਿ ਲੋਕ ਤਿੰਨ ਤਿੰਨ ਸਾਲ ਤੋਂ ਆਪਣੇ ਘਰ ਦੇ ਵਿੱਚ ਹੀ ਕੈਦ ਆ ਇਹ ਚੀਜ਼ਾਂ ਕਿਸੇ چیز ਨਾਲ ਜੁੜੀਆਂ ਹੋਈਆਂ ਕਿ ਇਹਦਾ ਵੀ ਇਲਾਜ ਹੋ ਸਕਦਾ ਹੈ ਅਯੁਰਵੇਦ ਵਿੱਚ ਆਹ ਹਾਂਜੀ ਇਹਦਾ ਵੀ ਟ੍ਰੀਟਮੈਂਟ ਹੈ ਬੇਸਿਕਲੀ ਐਂਜ਼ਾਇਟੀ ਕਹਿ ਲੋ ਡਿਪਰੈਸ਼ਨ ਕਹਿ ਲੋ ਕਈ ਪੇਸ਼ੈਂਟਸ ਐਵੇਂ ਦੇ ਹੁੰਦੇ ਨੇ ਉਹ ਕਹਿੰਦੇ ਨੇ ਕਿ ਸਾਨੂੰ ਕੁਝ ਨਹੀਂ ਹੋਇਆ ਪਰ ਉਹਨਾਂ ਦੇ ਜਿਹੜੇ ਨਾਲ ਰਿਲੇਟਿਵਸ ਆਂਦੇ ਨੇ ਉਹ ਉਹ ਸਾਨੂੰ ਐਕਸਪਲੇਨ ਕਰ ਦਿੰਦੇ ਨੇ ਕਿ ਸਾਨੂੰ ਇਹਨਾਂ ਦੇ ਬਿਹੇਵੀਅਰ ਚੇਂਜਸ ਲੱਗਦੇ ਆ ਬੇਸਿਕਲੀ ਡਿਪਰੈਸ਼ਨ ਐਂਜ਼ਾਇਟੀ ਕੀ ਬਿਹੇਵੀਅਰ ਚੇਂਜਸ ਨੇ ਤੁਹਾਨੂੰ ਉਹਨਾਂ ਦੇ ਦੇਖਣ ਦੇ ਵਿੱਚ ਕੀ ਲੱਗਦਾ ਹੈ ਕਈ ਬਹੁਤ ਜ਼ਿਆਦਾ ਬੋਲਣਾ ਸ਼ੁਰੂ ਕਰ ਦਿੰਦੇ ਨੇ ਕਈ ਬੇਮਤਲਬ ਬੋਲਦੇ ਨੇ ਆਪਾਂ ਕਹਿੰਦੇ ਆ ਕਿ ਕੁਝ ਵੀ ਬੋਲੀ ਜਾਂਦੇ ਨੇ ਕਈ ਹੁੰਦੇ ਨੇ ਕਿ ਬਿਲਕੁਲ ਹੀ ਨਹੀਂ ਬੋਲਦੇ ਸਾਇਲੈਂਟ ਹੋ ਜਾਂਦਾ ਬਿਲਕੁਲ ਮਤਲਬ ਇਹ ਚੀਜ਼ਾਂ ਦੇਖਣ ਵਾਲੀਆਂ ਬੇਸਿਕਲੀ ਮੇਨ ਕੀ ਦੇਖਣਾ ਤੁਸੀਂ ਉਹਦਾ ਬਿਹੇਵੀਅਰ ਦੇਖਣਾ ਕਿ ਬਿਹੇਵੀਅਰ ਕੀ ਹੈ ਕਈ ਬਹੁਤ ਜ਼ਿਆਦਾ ਹਾਈਪਰ ਹੋ ਜਾਂਦੇ ਨੇ ਕਈ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿ ਕਮਰੇ ਚ ਬੰਦ ਹੋ ਜਾਂਦੇ ਨੇ ਕਿਸੇ ਨਾਲ ਗੱਲ ਨਹੀਂ ਕਰ ਲਈ ਇਹ ਦੋਨੋਂ ਚੀਜ਼ਾਂ ਹੈ ਐ ਅਲੱਗ-ਅਲੱਗ ਸਿੰਪਟਮਸ ਪਰ ਉਹ ਹੈਗੇ ਇੱਕ ਡਿਪਰੈਸ਼ਨ অর ਐਂਜਾਇਟੀ ਦੇ ਹੀ। ਡਾਕਟਰ ਸਾਹਿਬ ਆਮ ਤੌਰ ਤੇ ਵੀ ਕਿਹਾ ਜਾਂਦਾ ਹੈ ਕਿ ਜਿਹੜੇ ਵੀ ਪੇਸ਼ੈਂਟਸ ਹੁੰਦੇ ਨੇ ਇਹਨਾਂ ਨੂੰ ਕਾਉਂਸਲਿੰਗ ਦੀ ਲੋੜ ਹੁੰਦੀ ਹੈ। ਕਈ ਤਾਂ ਸਿਰਫ ਕਾਉਂਸਲਿੰਗ ਤੇ ਇੰਨਾ ਜ਼ੋਰ ਪਾ ਦਿੰਦੇ ਨੇ ਤੇ ਦਵਾਈ ਦਿੰਦੇ ਹੀ ਨਹੀਂ। ਉਸ ਸਾਲੋ-ਸਾਲ ਕਾਉਂਸਲਿੰਗ ਹੀ ਚੱਲਦੀ ਰਹਿੰਦੀ ਹੈ। ਨਹੀਂ ਸਾਡੀ ਤਾਂ ਦਵਾਈ ਕੋਈ ਲੰਮਾ-ਸਾਮਾ ਨਹੀਂ ਚੱਲਦੀ ਹੈਗੀ ਜੀ। ਕੁਝ ਕੁ ਦਵਾਈਆਂ ਹੈਗੀਆਂ ਅਸੀਂ ਦੱਸ ਦਿੰਦੇ ਹਾਂ ਜੀ। ਦਵਾਈ ਦਵਾਈ ਇੰਨਾ ਸਮਾਂ ਖਾਣੀ ਪਊਗੀ ਹੁਣ ਜਿਵੇਂ ਮਾਈਗਰੇਨ ਹੈ ਜੀ ਡਿਪਰੈਸ਼ਨ ਹੈ ਜੀ ਇਹਦੀ ਦਵਾਈ ਸਾਡੇ ਬਹੁਤ ਘੱਟ ਸਮਾਂ ਖਾਣੀ ਪੈਂਦੀ ਹੈ ਜੀ ਅਸੀਂ ਇੱਕ ਛੋਟੀ ਜੀ ਗੱਲ ਹੋਰ ਜਿੰਨੂੰ ਵੀ ਇਸ ਤਰ੍ਹਾਂ ਦੀ ਕੋਈ ਗੱਲ ਹੋਵੇ ਬਹੁਤ ਸਾਰੇ ਲੋਕ ਸ਼ਰਮ ਕਰਕੇ ਵੀ ਅੱਗੇ ਨਹੀਂ ਆਉਂਦੇ ਕਿ ਮੈਨੂੰ ਪਾਗਲ ਸਮਝਿਆ ਜਾਏਗਾ ਮੈਨੂੰ ਇਹ ਸਮਝਿਆ ਜਾਏਗਾ ਦਾ ਦਿਮਾਗ ਖਰਾਬ ਹੈ ਉਹਨੂੰ ਲੱਗਦਾ ਕਿ ਜਿਹੜੇ ਸਮਾਜਿਕ ਤੌਰ ਤੇ ਲੋਕ ਨੇ ਉਹਦੇ ਤੋਂ ਦੂਰ ਹੋ ਜਾਣਗੇ ਇਸ ਚੀਜ਼ ਪਰ ਤੁਸੀਂ ਕੀ ਕਰਨਾ ਚਾਹੁੰਦੇ ਨਹੀਂ ਇਸ ਚੀਜ਼ ਦੀ ਮੈਨੂੰ ਲੱਗਦਾ ਆਪਣਾ ਪਹਿਲਾਂ ਵੀ ਇੱਕ ਦਿਨ ਆਪਣੀ ਇਹ ਗੱਲ ਚੱਲੀ ਸੀ ਵੀ ਇਹ ਚ ਤੁਸੀਂ ਡਰੋ ਨਾ ਕਿਉਂਕਿ ਇਹ ਤੁਹਾਡਾ ਕਸੂਰ ਨਹੀਂ ਹੈਗਾ ਇਹ ਚੀਜ਼ ਹੋ ਗਈ ਹੈ ਇਹ ਤਾਂ ਬਿਮਾਰੀ ਹੈ ਜੀ ਇਹ ਤਾਂ ਬਿਮਾਰੀ ਹੈ ਬਿਮਾਰੀ ਕਿ ਬੁਖਾਰ ਚੜਦਾ ਹੁਣ ਬੁਖਾਰ ਚੜ ਜੀ ਤੁਸੀਂ ਕਿਸੇ ਤੋਂ ਪਿੱਛੇ ਥੋੜੀ ਹਟ ਜੂਗੇ ਹਾਂ ਖਾਂਸੀ ਜੂ ਕੰਮ ਹੋਇਆ ਤਾਂ ਦੂਰੀ ਬਣਾ ਲਓ ਪਰ ਜੇ ਡਿਪਰੈਸ਼ਨ ਐਂਗਜ਼ਾਇਟੀ ਆ ਫਿਰ ਦੂਰੀ ਨਾ ਬਣਾਓ ਕਿਉਂਕਿ ਖਾਂਸੀ ਜੂ ਕੰਮ ਤੋਂ ਹੱਤੋਂ ਕਿਸੇ ਨੂੰ ਫਲੂ ਹੋ ਸਕਦਾ ਪਰ ਇਹ ਨਹੀਂ ਤੁਹਾਡੇ ਤੋਂ ਇੱਕ ਦੂਜੇ ਨੂੰ ਹੋਣੀ ਫਿਰ ਬੱਸ ਫਿਰ ਹੋਰ ਹੈ ਜੀ ਜਿੰਨਾ ਤੁਸੀਂ ਰੋਗ ਨੂੰ ਦਵਾਈ ਜਾਓਗੇ ਤੇ ਉਹਦਾ ਬਤੀ ਜਾਊਗਾ ਜੀ ਉਹ ਡਿਪਰੈਸ਼ਨ ਹੋਣਾ ਮਤਲਬ ਇਹ ਨਹੀਂ ਕਿ ਉਹ ਪਾਗਲ ਹੋ ਗਿਆ ਹਾਂ ਅਈ ਸਮਝਣਾ ਪਹਿਲਾਂ ਇਹ ਵਹਿਮ ਕੱਢੋ ਆਪਣੇ ਮਨ ਚੋਂ ਪਹਿਲਾਂ ਤੁਸੀਂ ਵਹਿਮ ਕੱਢੋ ਤਾਂ ਹੀ ਤੁਸੀਂ ਪੇਸ਼ੈਂਟ ਨੂੰ ਸਮਝ ਪਾਉਂਗੇ ਬਾਈਪੋਲਰ ਹੋ ਗਿਆ ਡਿਪਰੈਸ਼ਨ ਹੋ ਗਿਆ ਇੱਕ ਦਿਨ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਪੇਸ਼ੈਂਟ ਨਹੀਂ ਉਹਦਾ ਅਟੈਂਡੈਂਟ ਆਇਆ ਮੂੰਹ ਬੰਨਿਆ ਹੋਇਆ ਉਹਨੂੰ ਅਸੀਂ ਪੁੱਛਿਆ ਵੀ ਕੀ ਗੱਲ ਆ ਕਹਿੰਦਾ ਮੈਂ ਤਾਂ ਦੇਖਦਾ ਸੀ ਕੋਈ ਮੇਰੇ ਪਿੰਡ ਦਾ ਤਾਂ ਨਹੀਂ ਬੈਠਾ ਨਹੀਂ ਕਹਿੰਦਾ ਮੈਂ ਅੰਦਰ ਹੀ ਨਹੀਂ ਸੀ ਹਨਾ ਮੈਂ ਦੱਸਣਾ ਹੀ ਨਹੀਂ ਸੀ ਮੇਰੇ ਮੁੰਡੇ ਨੂੰ ਡਿਪਰੈਸ਼ਨ ਫਿਰ ਉਹਨੂੰ ਸਮਝਾਇਆ ਵੀ ਤੂੰ ਪਹਿਲਾਂ ਆਪਣੀ ਬੇਟੀ ਨੂੰ ਠੀਕ ਕਰਨਾ ਆਪਣੀ ਥਿੰਕਿੰਗ ਤਾਂ ਚੇਂਜ ਕਰ ਫਿਰ ਬਦਲੀ ਡਰਦਾ ਫਿਰ ਜਾਰੀ ਰਹੇ ਕੋਈ ਬਿਮਾਰੀ ਆ ਉਸ ਤੋਂ ਤਾਂ ਇਹ ਵੀ ਬਿਮ ਸੋ ਲੋ ਦਿਮਾਗ ਨਾਲ ਜੇ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਨਾਲ ਤੁਸੀਂ ਗ੍ਰਸਤ ਹੋ ਤਾਂ ਤੁਸੀਂ ਪਹੁੰਚ ਕਰ ਸਕਦੇ ਹੋ ਡਾਕਟਰ ਸਾਹਿਬ ਇੱਕ ਸਵਾਲ ਹੋਰ ਕਿ ਡੋਸ ਜਿਹੜੀਆਂ ਤੁਸੀਂ ਦਿੰਦੇ ਹੋ ਬਣਾ ਕੇ ਉਹ ਤੁਸੀਂ ਉਸ ਤੋਂ ਬਾਅਦ ਜਦੋਂ ਮਰੀਜ਼ ਨੂੰ ਦੇਣੀ ਸ਼ੁਰੂ ਕਰ ਦਿੰਦੇ ਹੋ ਘਟਵਾਤ ਵੀ ਕਰਦੇ ਹੋ ਤੁਸੀਂ ਰਿਜ਼ਲਟ ਦੇਖ ਕੇ ਰਿਜ਼ਲਟ ਦੇ ਅਕੋਰਡਿੰਗ ਚੱਲਣਾ ਪੈਂਦਾ ਜਿਵੇਂ ਟ੍ਰੀਟਮੈਂਟ ਸ਼ੁਰੂ ਕੀਤਾ ਕਿਸੇ ਨੂੰ ਕੁਝ ਜ਼ਿਆਦਾ ਦੀ ਜ਼ਰੂਰਤ ਆ ਕਿਸੇ ਨੂੰ ਇੱਕੇ ਟਾਈਮ ਮੈਡੀਸਿਨ ਦੀ ਲੋੜ ਆ ਕਿਸੇ ਨੂੰ ਦਿਨ ਚ ਦੋ ਵਾਰ ਵੀ ਜ਼ਰੂਰਤ ਪੈ ਜਾਂਦੀ ਆ ਕੋਈ ਇਸ ਦੇ ਰਿਲੇਟਡ ਜ਼ਿਆਦਾ ਇਸ ਦਾ ਘੱਟ ਇਸ ਦਾ ਆ ਤਾਂ ਉਸ ਬੱਚਾ ਆ ਉਹਨੂੰ ਡੋਸ ਘੱਟ ਦੇਣੀ ਆ ਜਾ ਬੜਿੰਦੇ ਨਹੀਂ ਇਹ ਕਰਨਾ ਪੈਂਦਾ ਜੀ ਪੇਸ਼ੈਂਟ ਪੇਸ਼ੈਂਟ ਇਹ ਚੀਜ਼ ਬਰੀ ਕਰਦੀ ਆ ਤੇ ਅਕੋਰਡਿੰਗ ਟੂ ਡਿਜ਼ੀਜ਼ ਵੀ ਇਹ ਚੀਜ਼ ਦੇਖਣੀ ਪੈਂਦੀ ਹੈ ਜਿਆਦਾਤਰ ਇਹ ਦਿਮਾਗ ਨਾਲ ਜੜੀਆਂ ਰਿਲੇਟਡ ਬਿਮਾਰੀਆਂ ਹੁੰਦੀਆਂ ਇਹ ਤੁਸੀਂ ਟੈਸਟ ਕਰਾਉਂਦੇ ਹੋ ਤੁਹਾਨੂੰ ਤੁਹਾਨੂੰ ਸਟ੍ਰੀਕ ਥੋੜਾ ਜਿਹਾ ਪਤਾ ਲੱਗ ਜੇ ਜਿਵੇਂ ਪਹਿਲਾਂ ਆਪਾਂ ਗੱਲ ਚੱਲੀ ਸੀ ਵੀ ਨਸ ਫਟ ਗਈ ਜਾਂ ਉਸ ਤੋਂ ਬਾਅਦ ਨਾੜੀ ਫਟ ਗਈ ਜਾਂ ਦੂਜਾ ਕੋਟ ਆ ਗਿਆ ਇਹ ਜਿਹੇ ਕੋਈ ਦਿੱਕਤਾਂ ਲੱਗਦੀਆਂ ਤਾਂ ਉਹਦੇ ਟੈਸਟ ਕਰਾਣੇ ਪੈਂਦੇ ਆ ਹੁਣ ਜੇ ਮੇ ਕੋਈ ਡਿਪਰੈਸ਼ਨ ਹੈ ਐਂਗਜ਼ਾਇਟੀ ਦਾ ਇਹਦਾ ਤਾਂ ਕੋਈ ਟੈਸਟ ਨਹੀਂ ਹੋਏਗਾ ਡਿਮੈਂਸ਼ੀਆ ਐਲਜ਼ਾਈਮਰ ਇਹਦਾ ਕੋਈ ਟੈਸਟ ਨਹੀਂ ਹੋਏਗਾ ਇਹ ਤਾਂ ਦੇਖ ਕੇ ਹੀ ਪਤਾ ਲੱਗ ਜਾਂਦਾ ਹਾਂਜੀ ਇਹਦਾ ਦੇਖ ਕੇ ਹੀ ਕਾਫੀ ਜ਼ਿਆਦਾ ਪ੍ਰੋਬਲਮ ਅਸੀਂ ਆਸੇ ਸਲਾਮ ਮਾਸ਼ੂਰਾ ਕਰਕੇ ਜੀ ਅਸੀਂ ਮੱਲੋ ਅਸੀਂ ਕੀ ਕਹ ਸਰ ਲੱਛਣ ਦੇਖ ਕੇ ਦਵਾਈ ਦੇ ਦਿੰਦੇ ਸਤਿ ਸ੍ਰੀ ਅਕਾਲ ਵੈਸੇ ਤੁਹਾਡੀ ਸਟੱਡੀ ਕੀ ਕਹਿੰਦੀ ਹੈ ਕੀ ਪੰਜਾਬ ਦੇ ਵਿੱਚ ਜਾਂ ਓਵਰ ਆਲ ਮਾਈਗ੍ਰੇਸ਼ਨ ਦੇ ਜਾਂ ਡਿਪਰੈਸ਼ਨ ਦੇ ਜਾਂ ਐਂਗਜ਼ਾਇਟੀ ਦੇ ਕੇਸਸ ਵਧੇ ਨੇ ਬਹੁਤ ਜ਼ਿਆਦਾ ਟਾਈਮ ਦੇ ਨਾਲ ਵਧੇ ਨੇ ਸਟ्रेस ਕਹਿ ਲੋ ਕਮ ਇੰਨਾ ਕਹਿ ਲੋ ਜਾਂ ਮੇਨ ਮੈਨੂੰ ਜੋ ਚੀਜ਼ ਲੱਗਦੀ ਹੈ ਕਿ ਅੱਜ ਕੱਲ ਇੱਕ ਦੂਸਰੇ ਕੋਲ ਟਾਈਮ ਨਹੀਂ ਹੈ ਜੇ ਟਾਈਮ ਹੈ ਤਾਂ ਕੱਢਦੇ ਨਹੀਂ ਆ ਇੱਕ ਫੈਮਲੀ ਜੋ ਫੈਮਲੀ ਉਹ ਚੀਜ਼ ਨਹੀਂ ਹੈ ਕਲੀਅਰ ਫੈਮਲੀਆਂ ਹੁੰਦੀਆਂ ਜਾ ਰਹੀਆਂ ਉਹਨਾਂ ਦੇ ਫੋਨ ਕੰਟਰੀ ਉਹਨਾਂ ਕੋਲ ਸਮਾਂ ਨਹੀਂ ਹੈਗਾ ਜੀ ਆਪਣੇ ਨਾਲੋਂ ਦੀ ਦੇਖਿਆ ਜੇ ਭੀ ਤਾਂ ਪਹਾੜੀ ਕੰਟਰੀ ਦੇ ਵਿੱਚ ਵੱਧ ਹੋਵੇ ਜੀ ਇਹਦਾ ਨਾਲੇ ਕੋਈ ਇਹਦਾ ਪੈਸੇ ਨਾਲ ਕੋਈ ਸੰਬੰਧ ਨਹੀਂ ਹੈਗਾ ਜੀ ਹਾਂ ਇਹ ਇਹ ਬੜੀ ਵੱਡੀ ਗੱਲ ਹੈ ਇਹ ਕੋਈ ਇਹ ਨਹੀਂ ਹੈਗਾ ਵੀ ਤੁਹਾਡੇ ਕੋਲ ਵੀ ਸਾਰੀਆਂ ਸੁੱਖ ਸੋਲ ਤਾਂ ਹੈਗੀਆਂ ਨੇ ਵੀ ਤੁਹਾਨੂੰ ਕੋਈ ਭੁੱਖ ਨਹੀਂ ਹੋ ਸਕਦੀ ਤੁਹਾਨੂੰ ਬਿਮਾਰੀ ਨਹੀਂ ਹੋ ਸਕਦੀ ਕੋਈ ਖਤਵਾ ਦੀ ਬੋਰੀ ਨਹੀਂ ਹੋਗੀ ਜੀ ਇਹ ਵੀ ਇੱਕ ਬਹੁਤ ਗੱਧ ਤਾਂ ਨਾ ਹੈ ਆਮ ਲੋਕਾਂ ਨੂੰ ਹੁੰਦੀ ਆ ਵੀ ਡਿਪਰੈਸ਼ਨ ਤਾਂ ਆਉਂਦਾ ਹੈ ਵਿੱਚ ਇੱਕ ਤਾਂ ਕੋਈ ਕੋਈ ਤੰਗੀ ਤੋਸ਼ੀ ਆ ਇਹਦਾ ਕੋਈ ਸਬੰਧ ਨਹੀਂ ਹੈ ਕਿਉਂ ਡਾਕਟਰ ਸਾਹਿਬ ਜੀ ਇਹਦਾ ਕਿਸੇ ਨਾਲ ਕੋਈ ਸਬੰਧ ਨਹੀਂ ਹੈ ਮੈਡਮ ਇੱਕ ਆਖਰੀ ਸਵਾਲ ਖਾਸ ਤੌਰ ਤੇ ਜੇ ਆਪਾਂ ਵਿਦੇਸ਼ਾਂ ਦੀ ਗੱਲ ਕਰੀਏ ਜਿਵੇਂ ਤੁਸੀਂ ਕਿਹਾ ਉੱਥੇ ਵੀ ਡਿਪਰੈਸ਼ਨ ਹੈ ਉੱਥੋਂ ਦੇ ਲੋਕ ਵੀ ਬਹੁਤ ਡਿਪਰੈਸਡ ਰਹਿੰਦੇ ਨੇ ਉੱਥੇ ਦੇ ਪੇਸ਼ੈਂਟ ਵੀ ਤੁਹਾਡੇ ਕੋਲ ਆਉਂਦੇ ਨੇ ਫਿਰ ਦਵਾਈਆਂ ਤੁਸੀਂ ਸਾਡੇ ਸਭ ਤੋਂ ਵੱਧ ਜਿਹੜੇ ਡਿਪਰੈਸ਼ਨ ਹੁੰਦੇ ਨੇ ਉਹ ਬਾਹਲੀ ਕੰਟਰੀ ਵੱਧ ਨੇ ਜੀ ਯੂਕੇ 'ਚ ਬਹੁਤ ਹੱਦੋਂ ਵੱਧ ਡਿਪਰੈਸ਼ਨ ਯੂਕੇ ਦਾ ਕੈਨੇਡਾ ਅਮਰੀਕਾ 'ਚ ਵੀ ਆ ਪਰ ਯੂਕੇ 'ਚ ਬਹੁਤ ਜ਼ਿਆਦਾ ਪੇਸ਼ੈਂਟ ਸਾਨੂੰ ਇੱਕ ਸਾਡੇ ਸਭ ਤੋਂ ਸਾਨੂੰ ਥੋੜਾ ਇੱਕ ਸੌਖਾ ਗੱਲ ਇਹ ਹੈ ਵੀ ਸਾਡੇ ਜਿਹੜੇ ਖਿਆਲ ਆ ਰਾਂ ਮਰੀਜ਼ ਠੀਕ ਹੋਏ ਨੇ ਉਹ ਦੂਜਿਆਂ ਵੱਧ ਦੱਸਦੇ ਨੇ ਜੀ ਹਾਂ ਇਸ ਕਰਕੇ ਸਾਨੂੰ ਉਹਨਾਂ ਦਾ ٹرسٹ ਵੱਧ ਬਣਦਾ ਜੀ ਬਿਲਕੁਲ ਇੱਕ ਸਾਡੇ ਕੋਲ ਪੇਸ਼ੈਂਟ ਹੈ ਡਿਪਰੈਸ਼ਨ ਦਾ ਮੈਂ ਤੁਹਾਨੂੰ ਕਾਰਨ ਦੱਸੂਗੀ ਨਾਰਵੇ ਦੇ ਵਿੱਚ ਮੈਨੂੰ ਯਾਦ ਨਹੀਂ ਹੈ ਹੁਣ ਉਹ ਕਿਹੜੀ ਜਗ੍ਹਾ ਹੈ ਕਿ ਉੱਥੇ 6 ਮਹੀਨੇ ਸੂਰਜ ਰਹਿੰਦਾ ਤੇ 6 ਮਹੀਨੇ ਰਹਿੰਦਾ ਉਸ ਚੀਜ਼ ਕਰਕੇ ਇੱਕ ਲੇਡੀ ਨੂੰ ਡਿਪਰੈਸ਼ਨ ਹੋ ਗਿਆ ਤਾਂ ਆਪਾਂ ਕੀ ਸੋਚ ਸਕਦੇ ਹਾਂ ਉਸ ਚੀਜ਼ ਬਾਰੇ ਵੀ ਡਿਪਰੈਸ਼ਨ ਦਾ ਕੀ ਕਾਰਨ ਹੋ ਸਕਦਾ ਨਹੀਂ ਇੱਕ ਜੋ ਪਰਿਵਾਰ ਇਕੱਠੇ ਨਹੀਂ ਹੁੰਦੇ ਕੰਮ ਦਾ ਬਹੁਤ ਲੋਡ ਆ ਜੀ ਹਾਂ ਇਹ ਵੀ ਬਹੁਤ ਚੀਜ਼ਾਂ ਤੋਂ ਆਪਾਂ ਕਹਿੰਦੇ ਜੇ ਲੋਕਾਂ ਨੂੰ ਕਹਿੰਦੇ ਨੇ ਇਹ ਚੀਜ਼ਾਂ ਵੀ ਬਹੁਤ ਕਾਊਂਟ ਕਰਦੀਆਂ ਨੇ ਹੁਣ ਅੱਗੇ ਸੰਯੁਕਤ ਪਰਿਵਾਰthia ਉਸ ਵਿੱਚ ਰੋਟੀ ਖਾਡ ਮਿਲ ਕੇ ਬਹਿੰਦੇ ਠੀਕ ਹੈ ਜੀ ਇੱਕ ਦੂਜੇ ਨਾਲ ਕਰਦੇ ਸੀ ਆਪ ਇੱਕ ਦੂਜੇ ਨਾਲ ਦੁੱਖ ਸੁੱਖ ਸ਼ੇਅਰ ਕਰਦੇ ਸੀ ਉਹਨੂੰ ਸਮਾਂ ਹੀ ਨਹੀਂ ਹੈਗਾ ਜੀ ਕੱਲੇ ਕੱਲੇ ਕੱਲ ਟੀਵੀ ਲੱਗਣ ਕਮਰੇ 'ਚ ਕੱਲੇ ਕੱਲੇ ਦਾ ਹਰੇਕ ਚ ਸੁੱਖ ਸੂਲਤਾ ਬਿਲਕੁਲ ਠੀਕ ਉਹ ਘਰੋਂ ਨਿਕਲਦੇ ਕੋਈ ਆਪਣੇ ਨਾਲ ਰੋਟੀ ਖਾਂਦੇ ਕੋਈ ਆਪਣੇ ਨਾਲ ਆਸ ਵਿੱਚ ਗੱਲਬਾਤ ਨਹੀਂ ਹੁੰਦੀ ਹੈਗੀ ਜੀ ਦਿਮਾਗ ਨਾਲ ਕੋਈ ਵੀ ਬਿਮਾਰੀ ਨਾਲ ਸੰਬੰਧਤਾ ਜੀ ਕੋਈ ਵੀ ਏਜ ਦਾ ਹੈਗਾ ਜੀ ਉਹ ਸਾਡੇ ਨਾਲ ਇੱਕ ਵਾਰ ਸ਼ੇਅਰ ਤੇ ਸਾਡੇ ਨਾਲ ਇੱਕ ਵਾਰ ਡਿਸਕਸ ਕਰ ਸਕਦਾ ਜੀ ਉਹ ਜੇ ਸਾਡੇ ਕੋਲ ਇਲਾਜ ਸੰਭਵ ਹੋਊਗਾ ਤਾਂ ਅਸੀਂ ਕਹਾਂਗੇ ਹਾਂ ਜੀ ਕਰ ਸਕਦਾ ਕਰ ਸਕਦਾ ਠੀਕ ਹੈ ਕਿਉਂਕਿ ਆਮ ਤੌਰ ਤੇ ਇਹ ਹੁੰਦਾ ਹੈ ਕਿ ਲੋਕਾਂ ਨੂੰ ਸ਼ਾਇਦ ਇਹ ਲੱਗੇ ਕਿ ਸ਼ੋਅ ਦੇ ਵਿੱਚ ਫਲਾਣੀ ਚੀਜ਼ ਦੀ ਗੱਲ ਨਹੀਂ ਹੋਈ ਸ਼ਾਇਦ ਉਹਦਾ ਟਰੀਟਮੈਂਟ ਹੈ ਨਹੀਂ ਹੈ ਜਾਂ ਇਲਾਜ ਹੈ ਨਹੀਂ ਹੈ ਹਰ ਤਰ੍ਹਾਂ ਦੀ ਦਿਮਾਗ ਦੀ ਕਿਸੇ ਵੀ ਤਰ੍ਹਾਂ ਦੀ ਦਿਮਾਗ ਦੀ ਤੁਹਾਨੂੰ ਕੋਈ ਪਰੇਸ਼ਾਨੀ ਹੈ ਕੋਈ ਬਿਮਾਰੀ ਹੈ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਲਗਾਤਾਰ ਨੰਬਰ ਥੱਲੇ ਚੱਲ ਰਹੇ ਨੇ ਫੇਸਬੁਕ ਇੰਸਟਾਗ੍ਰam ਸੋਸ਼ਲ ਹੈਂਡਲ ਜਿਹੜੇ ਜਿਹੜੇ ਵੀ ਡਾਕਟਰ ਸਾਹਿਬ ਦੇ ਹੈਗੇ ਨੇ ਵੈਦ ਸਾਹਿਬ ਦੇ ਹੈਗੇ ਨੇ ਉਹ ਸਾਰੇ ਥੱਲੇ ਚੱਲ ਰਹੇ ਨੇ ਤੁਸੀਂ ਨਾਲ ਸੰਪਰਕ ਕਰ ਸਕਦੇ ਹੋ ਅਗਲੇ ਹਫਤੇ ਇੱਕ ਫੇਰ ਤੋਂ ਸ਼ੋਅ ਲੈ ਕੇ ਆਵਾਂਗੇ ਫੇਰ ਤੋਂ ਇੱਕ ਨਵੀਂ ਬਿਮਾਰੀ ਬਾਰੇ ਚਰਚਾ ਕਰਾਂਗੇ ਫਿਲਹਾਲ ਲਈ ਬਹੁਤ-ਬਹੁਤ ਧੰਨਵਾਦ ਦੇਸ਼ਦੁਨੀ ਦੇ ਬਾਕੀ ਖਬਰਾਂ ਲਈ ਬਣੇ ਰਹੋ ਪੀਟੀਸੀ ਨਿਊਜ਼ ਨਾਲ ਧੰਨਵਾਦ